हेलो स्टूडेंट्स वेलकम हियर अगेन ऑन माय चैनल जानकारी हित मायसेल्फ हित अभिलाषी शर्मा आज सॉरी नाल एक नया कांसेप्ट शेयर कर दे हैं बड़ा इंपॉर्टेंट कांसेप्ट है पंजाब स्कूल एजुकेशन बोर्ड ਨਾਲ रिलेटेड जो स्टूडेंट्स ने ना वास्ते स्पेशली इसी तरह सीबीएसई ਦੇ ਵਿੱਚ ਵੀ بزਨਸ ਸਟੱਡੀਜ਼ ਦਾ ਪ੍ਰੋਜੈਕਟ ਵਰਕ हाउ टू प्रिपेयर प्रोजेक्ट वर्क एक बेस की में तैयार करीदा किसी प्रोजेक्ट नु तैयार करने के लिए मानसिक रूप दे विच ਇੱਕ ਜਨਰਲ ਰਿਵਿਊ ਕਰਾਂਗੇ ਇੱਕ ਐਗਜ਼ਾਮਪਲ ਲੈ ਕੇ 让我们 মুভ হেড উইথ মি টু ਡਿਸਕਸ टुडेज कंटेंट ਪਲੱਸ 2 ਦੇ ਵਿੱਚ ਬਿਜ਼ਨਸ ਸਟੱਡੀਆਂ ਕਮਰਸ ਤੇ ਹਿਊਮਨਿਟੀਜ਼ ਗਰੁੱਪ ਦੇ ਵਿੱਚ ਸੇਮ ਸਿਲੇਬਸ ਹੈ ਇਹਦੇ ਬਾਰੇ ਤੁਹਾਨੂੰ ਬੇਸਿਕ ਪਤਾ ਹੋਵੇਗਾ ਆਪਾਂ ਜਲਦੀ ਜਲਦੀ ਕਰਦੇ ਆ ਤਿੰਨ ਕੰਟੈਂਟ ਦਾ ਪੇਪਰ ਹੋਣੇ 3 ਦਾ ਜਿਸ ਚਾਰਾ 80 ਮਾਰਕਸ ਦਾ ਪ੍ਰੋਜੈਕਟ ਵਰਕ 20 ਮਾਰਕਸ ਦਾ ਤੇ ਟੋਟਲ 100 ਮਾਰਕਸ ਨੇ ਬਿਜ਼ਨਸ ਸਟੱਡੀਆਂ ਦੇ ਕੰਪਲਸਰੀ ਸਬਜੈਕਟ ਸਾਰਾ ਨੂੰ ਪਤਾ ਹੈ ਕਿ ਜੋ 12th ਕਲਾਸ ਆ ਦੇ ਵਿੱਚ ਜਰਨਲ ਇੰਗਲਿਸ਼ ਜਰਨਲ ਪੰਜਾਬੀ ਔਰ ਪੰਜਾਬ ਹਿਸਟਰੀ ਔਰ ਕਲਚਰ ਆਮ ਤੌਰ ਤੇ ਸਕੂਲ ਲੈਵਲ ਤੇ ਜਰਨਲ ਪੰਜਾਬੀ ਸਬਜੈਕਟ ਦਿੱਤਾ ਗਿਆ ਬੱਚਿਆਂ ਨੂੰ এনवायरमेंटल এডਿਕੇਸ਼ਨ ਕੰਪਿਊਟਰ ਸਾਇੰਸ ਤੇ ਸਵਾਗਤ ਜ਼ਿੰਦਗੀ ਜਿਹਨੂੰ ਵੈਲਕਮ ਲਾਈਫ ਕਹਿ ਸਕਦੇ ਇਹ ਸਾਰੇ ਸਟੂਡੈਂਟਸ ਵਾਸਤੇ ਸਾਰੇ ਸਟਰੀਮ ਵਾਸਤੇ ਸੇਮ ਨੇ ਉਸ ਤੋਂ ਬਾਅਦ ਕਾਮਰਸ ਤੇ ਸਪੈਸ਼ਲ ਸਬਜੈਕਟਸ ਦੀ ਗੱਲ ਕਰੀਏ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਬਿਜ਼ਨਸ ਸਟੱਡੀਜ਼ ਤੇ ਅਕਾਊਂਟੈਂਸੀ ਦੇ ਜੋ ਸਬਜੈਕਟ ਨੇ ਇਹ ਕੰਪਲਸਰੀ ਨੇ ਜੋ ਸਾਰੇ ਸਟੂਡੈਂਟਸ ਨੇ ਲੈ ਲੈਨੇ ਨੇ ਇਕਨੋਮਿਕਸ ਤੇ ਫੰਡਾਮੈਂਟਲ ਆਫ ਈ-ਬਿਜ਼ਨਸ ਦੋਨਾਂ ਦੇ ਵਿੱਚੋਂ ਕੋਈ ਇੱਕ ਆਪਟ ਕਰਨਾ ਹੈ ਤੇ ਫੋਰ ਸਬਜੈਕਟ ਐਡੀਸ਼ਨਲ ਸਬਜੈਕਟਸ ਦੇ ਵਿੱਚੋਂ ਲਿਤਾ ਜਾ ਸਕਦਾ ਹੈ ਜਿਸ ਤੋਂ ਇਕਨੋਮਿਕਸ ਆਫ ਫੰਡਾਮੈਂਟਲ ਆਫ ਈ-ਬਿਜ਼ਨਸ ਨੂੰ ਜਿਹੜਾ ਤੁਸੀਂ ਨਹੀਂ ਲੀਤਾ ਉਹ ਵੀ ਹੋ ਸਕਦਾ ਹੈ ਇਸ ਦੇ ਇਲਾਵਾ ਮੈਥਮੈਟਿਕਸ ਜਾਂ ਇੱਕ ਦੋ ਆਪਸ਼ਨਸ ਹੋਰ ਨੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਇਹਨਾਂ ਨੂੰ ਆਪਟ ਕੀਤਾ ਜਾ ਸਕਦਾ ਹੈ ਜੋ ਐਡੀਸ਼ਨਲ ਸਬਜੈਕਟ ਹੈ ਉਹ ਪਾਸ ਗਿਨਾਇਆ ਜਾਏਗਾ ਕਿ ਤੁਸੀਂ ਸਬਜੈਕਟ ਕੁਆਲੀਫਾਈ ਕਰ ਲਿਆ ਬਟ ਉਹਦੇ ਨੰਬਰ ਟੋਟਲ ਦੇ ਵਿੱਚ ਐਡ ਨਹੀਂ ਹੁੰਦੇ ਕਲੀਅਰ ਤੇ ਸਾਰੇ ਸਬਜੈਕਟਸ ਦੇ ਵਿੱਚ ਸਾਫ਼ ਹੈ ਕਲੀਅਰ ਦਿਖ ਰਿਹਾ ਹੈ ਕਿ ਜੋ ਥਿਊਰੀ ਦਾ ਪੇਪਰ ਹੋਣਾ ਹੈ ਉਹ 80 ਮਾਰਕਸ ਦਾ ਹੈ ਬਟ 80 ਮਾਰਕਸ ਦੇ ਇਲਾਵਾ ਜੋ 20 ਮਾਰਕਸ ਨੇ ਬਿਜ਼ਨਸ ਸਟੱਡੀਜ਼ ਦੇ ਵਿੱਚ ਤੇ ਇਕਨੋਮਿਕਸ ਦੇ ਵਿੱਚ ਪ੍ਰੈਕਟੀਕਲ ਨਹੀਂ ਹੈ ਉੱਥੇ ਤੁਸੀਂ ਪ੍ਰੋਜੈਕਟ ਵਰਕ ਤਿਆਰ ਕਰਨਾ ਹੈ 20 ਮਾਰਕਸ ਦਾ ਜੋ ਅਕਾਊਂਟੈਂਸੀ ਤੇ ਫੰਡਾਮੈਂਟਲ ਆਫ ਈ-ਬਿਜ਼ਨਸ ਹੈ ਇਹਦੇ ਵਿੱਚ 15 ਮਾਰਕਸ ਦੇ ਪ੍ਰੈਕਟੀਕਲ ਨੇ ਤੇ 5-5 ਮਾਰਕਸ ਐਜ਼ ਅ ਇੰਟਰਨਲ ਅਸੈਸਮੈਂਟ ਐਵੈਲੂਏਟ ਹੋਏਗਾ ਇਸ ਤਰ੍ਹਾਂ ਦੇ ਨਾਲ ਜੋ ਹਰ ਪੇਪਰ ਹੈ ਉਹ 100 ਮਾਰਕਸ ਦਾ ਹੋ ਜਾਏਗਾ। ਕਲੀਅਰ? ਇੰਪੋਰਟੈਂਟ ਨੋਟ ਬੜਾ ਜ਼ਰੂਰੀ ਗੱਲਾਂ ਨੇ ਧਿਆਨ ਰੱਖਿਓ। ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਚਾਰ ਸਬਜੈਕਟਸ ਦੇ ਵਿੱਚੋਂ ਅਸੀਂ ਕੋਈ ਇੱਕ ਲੈ ਸਕਦੇ ਹਾਂ ਕੰਪਿਊਟਰ ਐਪਲੀਕੇਸ਼ਨ ਐਡੀਸ਼ਨਲ ਸਬਜੈਕਟ ਦੇ ਰੂਪ ਵਿੱਚ, ਮੈਥੇਮੈਟਿਕਸ ਜਾਂ ਇਕਨੋਮਿਕਸ ਔਰ ਐਫ ਏ ਬੀ ਜੇ ਤੁਸੀਂ ਉਥੇ ਇਕਨੋਮਿਕਸ ਐਜ਼ ਅ ਥਰਡ ਸਬਜੈਕਟ ਆਪਟ ਕੀਤਾ ਹੈ ਤਾਂ ਫੋਰਥ ਸਬਜੈਕਟ ਐਡੀਸ਼ਨਲ ਫੰਡamentals ਆਫ ਈ-ਬਿਜ਼ਨਸ ਲਿਆ ਜਾ ਸਕਦਾ ਹੈ। ਦੀ ਫੰਡਾਮੈਂਟਲ ਆਫ ਈ-ਬਿਜ਼ਨਸ ਕੀਤਾ ਤਾਂ ਐਡੀਸ਼ਨ ਸਬਜੈਕਟ ਇਕਨੋਮਿਕਸ ਲਿਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇੱਕ ਨਵੀਂ ਇੰਟਰੋਡਕਸ਼ਨ ਹੋਈ ਹੈ ਪੀਐਸਈਬੀ ਦੇ ਵਿੱਚ ਨੈਸ਼ਨਲ ਕੈਡਟ ਕਾਪਸ ਜਿਹਨੂੰ ਐਨਸੀਸੀ ਕਹਿੰਦੇ ਨੇ ਇਹ ਚਾਰ ਸਬਜੈਕਟਸੋਂ ਕੋਈ ਇੱਕ ਆਪਟ ਕੀਤਾ ਜਾ ਸਕਦਾ ਹੈ ਤੇ ਇੱਕ ਗੱਲ ਸਾਫ਼ ਹੈ ਇਟ ਇਜ਼ ਮੈਨਡਟਰੀ ਟੂ ਗੈਟ ਮਿਨੀਮਮ 33 ਪਰਸੈਂਟ ਮਾਰਕਸ ਇਨ ਥੀਰੀ ਐਂਡ ਪ੍ਰੈਕਟੀਕਲ ਸੈਪਰੇਟਲੀ ਪ੍ਰੈਕਟੀਕਲ ਤੇ ਜੋ ਥੀਰੀ ਦਾ ਪੇਪਰ ਹੈ ਦੋਨਾਂ ਚ ਅਲੱਗ-ਅਲੱਗ 33 ਪਰਸੈਂਟ ਮਾਰਕਸ ਦਾ ਹੋਣਾ ਜ਼ਰੂਰੀ ਹੈ ਜੋ ਇੰਟਰਨਲ ਅਸੈਸਮੈਂਟ ਹੋਣੀ ਹੈ ਦੋ ਪੇਪਰਾਂ ਦੇ ਵਿੱਚ ਉਹਦੇ ਵਿੱਚ ਧਿਆਨ ਰੱਖਿਓ ਕਿ ਜੋ ਤੁਹਾਡੀ ਅਸਾਈਨਮੈਂਟਸ ਨੇ ਐਕਟੀਵਿਟੀਆਂ ਨੇ ਬੁੱਕ ਬੈਂਕ ਤਿਆਰ ਕੀਤਾ ਹੈ ਸਬਜੈਕਟ ਦੇ ਅਕੋਰਡਿੰਗਲੀ ਉਹਨਾਂ ਸਾਰਿਆਂ ਦੇ ਬੇਸ ਦੇ ਉੱਤੇ ਇੰਟਰਨਲ ਅਸੈਸਮੈਂਟ ਦੇ ਨੰਬਰ ਲੱਗਣਗੇ ਜੋ 5-5 ਨੰਬਰ ਸੀ ਦੋ ਸਬਜੈਕਟ ਦੇ ਤੇ 12th ਕਲਾਸ ਦੇ ਵਿੱਚ ਬਿਜ਼ਨਸ ਸਟਡੀ ਦੇ ਕਨਸੈਪਟ ਦੇ ਵੱਲ ਵਧਦੇ ਹੋਏ ਆਪਾਂ ਪ੍ਰੋਜੈਕਟ ਦੇ ਵੱਲ ਵਰਕ ਦੇ ਵੱਲ ਜਾਵਾਂਗੇ ਆਓ ਦੇਖੀਏ ਸਭ ਤੋਂ ਪਹਿਲਾਂ 12th ਦੀ ਜੋ ਬਿਜ਼ਨਸ ਸਟਡੀ ਆ ਉਹਦਾ ਸਿਲੇਬਸ ਦੱਸ ਰਿਹਾ ਪਾਰਟ A ਦੇ ਵਿੱਚ ਮੈਨੇਜਮੈਂਟ ਪ੍ਰਿੰਸੀਪਲ ਐਂਡ ਫੰਕਸ਼ਨਸ ਆਫ ਮੈਨੇਜਮੈਂਟ ਨਾਲ ਸੰਬੰਧਿਤ ਜੋ ਪਾਰਟ A ਹੈ ਸਾਡੇ ਕੋਲ ਉਹਦੇ ਜੀ ਟੋ ਨੇਚਰ ਸਿਗਨੀਫੀਕੈਂਸ ਆਫ ਮੈਨੇਜਮੈਂਟ ਪ੍ਰਿੰਸੀਪਲ ਆਫ ਮੈਨੇਜਮੈਂਟ ਬਿਜ਼ਨਸ এনवायरमेंट ਪਲੈਨਿੰਗ ਆਰਗੇਨਾਈਜੇਸ਼ਨ ਸਟਾਫਿੰਗ ਸਟਾਫਿੰਗ ਡਾਇਰੈਕਟਿੰਗ ਕੰਟਰੋਲਿੰਗ ਕੋਆਰਡੀਨੇਸ਼ਨ ਇਹ ਸਾਰਾ ਪਾਰਟ ਏ ਦੇ ਵਿੱਚ ਹੈ ਬਿਜ਼ਨਸ ਸਟੱਡੀਜ਼ ਪਾਰਟ ਵੀ ਦੇ ਵਿੱਚ ਬਿਜ਼ਨਸ ਫਾਈਨਾਂਸ ਤੇ ਮਾਰਕੀਟਿੰਗ ਹੈ ਬਿਜ਼ਨਸ ਫਾਈਨਾਂਸ ਫਾਈਨੈਂਸ਼ੀਅਲ ਮਾਰਕੀਟ ਮਾਰਕੀਟਿੰਗ ਕੰਜ਼ਿਊਮਰ ਪ੍ਰੋਟੈਕਸ਼ਨ ਇਹ ਸਾਰਾ ਦਾ ਸਾਰਾ ਪਾਰਟ ਬੀ ਦਾ ਹੈ ਸਾਇ ਕਿਉਂ ਦੱਸ ਰਹੇ ਕਿਉਂਕਿ ਪ੍ਰੋਜੈਕਟ ਵਰਕ ਨਾਲ ਰਿਲੇਟਡ ਬੜਾ ਇੰਪੋਰਟੈਂਟ ਇਨਫੋਰਮੇਸ਼ਨ ਸਾਨੂੰ ਇੱਥੋਂ ਮਿਲਣੀ ਹੈ ਕਿ ਅਸੀਂ ਆਪਣੇ ਪ੍ਰੋਜ ਸਟੂਡੈਂਟਸ ਆਰ ਸੁਪੋਜ਼ ਟੂ ਸਿਲੈਕਟ ਯਸ ਆਓ ਪਾ ਗੱਲ ਕਰਦੇ ਪ੍ਰੋਜੈਕਟ ਦੇ ਬਾਰੇ ਜੋ ਸਾਡਾ ਪ੍ਰੋਜੈਕਟ ਵਰਕ ਹੈ ਇਹਦੇ ਵਿੱਚ ਸਟੂਡੈਂਟਸ ਨੂੰ ਅਲੱਗ-ਅਲੱਗ ਯੂਨਿਟਸ ਦਿੱਤੇ ਨੇ ਚਾਰ ਯੂਨਿਟ ਦਿੱਤੇ ਹੋਏ ਨੇ ਚਾਰਾਂ ਚੋਂ ਸਟੂਡੈਂਟ ਨੇ ਕੋਈ ਇੱਕ ਯੂਨਿਟ ਸਿਲੈਕਟ ਕਰਨੀ ਹੈ ਕਿਹੜੀ ਯੂਨਿਟ ਸਿਲੈਕਟ ਕਰਨੀ ਹੈ ਟੀਚਰ ਹੈਲਪਫੁਲ ਹੋਣਗੇ ਐਜ਼ ਅ ਹੈਲਪਿੰਗ ਹੈਂਡ ਐਜ਼ ਅ ਫੈਸਿਲਿਟੇਟਰ ਟੀਚਰ ਬਣਵਾਨਗੇ ਨਹੀਂ ਟੀਚਰ ਹੈਲਪਿੰਗ ਹੈਂਡ ਹੋਣਗੇ ਕਲਾਸ ਦੇ ਵਿੱਚ ਤਾਂ ਕਿ ਚਾਰੋਂ ਪ੍ਰੋਜੈਕਟ ਇਕੋ ਕਲਾਸ ਦੇ ਵਿੱਚ ਕਵਰ ਅਪ ਹੋ ਜਾਣ ਕੁਝ ਸਟੂਡੈਂਟਸ ਨੂੰ ਕੋਈ ਇੱਕ ਯੂਨਿਟ ਦਿੱਤੀ ਜਾ ਸਕਦੀ ਹੈ ਕਿਸੇ ਨੂੰ ਇੱਕ ਕਿਸੇ ਨੂੰ ਇੱਕ ਕਿਸੇ ਨੂੰ ਇੱਕ ਚਾਰ ਯੂਨਿਟਸ ਨੇ ਹਰ ਇੱਕ ਦੇ ਵਿੱਚੋਂ ਅਸੀਂ ਚਾਰਾਂ ਦੇ ਵਿੱਚੋਂ ਕੋਈ ਇੱਕ ਯੂਨਿਟ ਸਿਲੈਕਟ ਕਰਨੀ ਹੈ ਪਹਿਲਾਂ ਤਾਂ ਤੇ ਹਰ ਯੂਨਿਟ ਚ ਕਈ ਕਈ ਪ੍ਰੋਜੈਕਟ ਨੇ ਉਹਨਾਂ ਚੋਂ ਕੋਈ ਇੱਕ ਪ੍ਰੋਜੈਕਟ ਬਣਾਣਾ ਹੈ ਸੋ ਧਿਆਨ ਰੱਖੋ ਹਰ ਸਟੂਡੈਂਟ ਨੇ ਬਣਾਣਾ ਕੇਵਲ ਇੱਕ ਪ੍ਰੋਜੈਕਟ ਹੈ ਕਿਸੇ ਵੀ ਇੱਕ ਯੂਨਿਟ ਚੋਂ ਉਹੀ ਪ੍ਰੋਜੈਕਟ ਵਰਕ ਹੈ ਵੀ ਨੰਬਰ ਦਾ ਹੋਣ ਵਾਲਾ ਹੈ कंसिस्ट ऑफ वन प्रोजेक्ट ऑफ ट्वेंटी मार्क्स ध्यान रखियो मैं क्लीयरली इतना मैं भी किया प्रोजेक्ट फस्ट या यूनिट फस्ट जे किसी स्टूडेंट्स ने यह ऑप्ट किया जिह नाम है एलीमेंट्स ऑफ बिजनेस एनवायमेंट इस हैडिंग ने मैं इन्ना जो मैं टॉपिक दस रहा इन्हों को सिलेक्ट करना चेंजिस विटने लास्ट फ्यू ईयरस ऑन मोड ऑफ पैकेजिंग लैबलिंग एंड इट्स इमैक्ट या तो यह प्रोजेक्ट चुन लें इस यूनिट चो बच्चों ने सिलेक्ट करना ਕਿ ਪੈਕੇਜਿੰਗ ਦੀ ਲੇਬਲਿੰਗ ਕਿਵੇਂ ਹੁੰਦੀ ਹੈ ਉਹਦਾ ਇੰਪੈਕਟ ਕੀ ਹੈ ਚੇਂਜਸ ਕੀ ਹੋਏ ਹੈ ਚੇਂਜਿੰਗ ਰੋਲ ਆਫ ewomen ਇਨ ਦਾ ਪਾਸਟ 25 ইয়ার্স ਔਰਤਾ ਦੀ ਭੂਮਿਕਾ ਦੇ ਵਿੱਚ ਕੀ ਚੇਂਜ ਆਇਆ ਹੈ ਪਿਛਲੇ 25 ਸਾਲਾਂ ਦੇ ਵਿੱਚ ਯਾ ਇਹ ਪ੍ਰੋਜੈਕਟ ਲਿਆ ਜਾ ਸਕਦਾ ਟਾਈਪਸ ਆਫ ਪੈਕੇਜਿੰਗ ਐਂਡ ਇਟਸ ਇੰਪੈਕਟ ਸੋਰਸਸ ਆਫ ਬਿਜ਼ਨਸ ਫਾਈਨਾਂਸ ਬੇਸਡ ਔਨ ਅ ਰੀਅਲ ਲਾਈਫ ਕੰਪਨੀ ਦਾ ਚੇਂਜਸ ਇਨ ਦਾ ਪੈਟਰਨ ਆਫ ਇੰਪੋਰਟੈਂਟ ਐਕਸਪੋਰਟ ਆਫ ਡਿਫਰੈਂਟ ਪ੍ਰੋਡਕਟਸ ਕਲਾਈਮੇਟ ਚੇਂਜਸ ਔਨ ਬਿਜ਼ਨਸ এনਵਾਇਰਨਮੈਂਟ ਇਸ ਟਰੰਗ ਦੇ ਨਾਲ ਇਹ ਪ੍ਰੋਜੈਕਟ ਕਨਸੈਪਟ ਨੇ ਪਹਿਲੇ ਯੂਨਿਟ ਦੇ ਵਿੱਚੋਂ ਇਨ੍ਹਾਂ ਪ੍ਰੋਜੈਕਟਸ ਤੋਂ ਕੋਈ ਇੱਕ ਪ੍ਰੋਜੈਕਟ ਸਟੂਡੈਂਟ ਸਿਲੈਕਟ ਕਰ ਸਕਦਾ ਹੈ ਸਮਝ ਆ ਗਈ ਮੇਰੀ ਗੱਲ ਪ੍ਰੋਜੈਕਟ ਸੈਕੰਡ ਦਾ ਮਤਲਬ ਸੈਕੰਡ ਯੂਨਿਟ ਜੇ ਕਿਸੇ ਸਟੂਡੈਂਟਸ ਨੇ ਸੈਕੰਡ ਯੂਨਿਟ ਦੇ ਵਿੱਚੋਂ ਸਿਲੈਕਸ਼ਨ ਕਰਨੀ ਹੈ ਤਾਂ ਉਹਦੇ ਕੋਲ ਜਿਹੜਾ ਬੇਸਿਕ ਕਨਸੈਪਟ ਹੈ ਉਹ ਹੈ ਪ੍ਰਿੰਸੀਪਲਸ ਆਫ ਮੈਨੇਜਮੈਂਟ ਸਾਨੂੰ ਪਤਾ ਹੈਨਰੀ ਫਿਓਲ ਤੇ ਐਫ ਡਬਲਯੂ ਟੇਲਰ ਇਹ ਦੋਨੇ ਜਿਨ੍ਹਾਂ ਨੇ ਸਾਰੇ ਕੋਲ ਪ੍ਰਿੰਸੀਪਲ ਆਫ ਮੈਨੇਜਮੈਂਟਸ ਦਿੱਤੇ ਨੇ ਸਟੂਡੈਂਟਸ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਸਿਲੈਕਟ ਕਰ ਸਕਦਾ ਹੈ ਫੋਰ ਇਗਜ਼ਾਮਪਲ ਸਟੂਡੈਂਟਸ ਆਰ ਰਿਕੁਆਇਰਡ ਟੂ ਅਬਜ਼ਰਵ ਦਾ ਐਪਲੀਕੇਸ਼ਨ ਆਫ ਦਾ ਜਰਨਲ ਪ੍ਰਿੰਸੀਪਲ ਆਫ ਮੈਨੇਜਮੈਂਟ 기ਵਨ ਬਾਈ ਹੈਨਰੀ ਫਿਓਲ ਇਨ ਅ ਡਿਪਾਰਟਮੈਂਟਲ ਸਟੋਰ অর ਇੰਡਸਟਰੀਅਲ ਯੂਨਿਟ ਫਾਸਟ ਫੂਡ ਆਊਟਲੈਟ অর ਐਨੀ ਸਮਾਲ ਬਿਜ਼ਨਸ ਯੂਨਿਟ ਹੈਨਰੀ ਫਿਓਲ ਦੇ ਮੰਨ ਲਓ ਕਿਸੇ ਸਟੂਡੈਂਟਸ ਨੇ ਪ੍ਰੋਜੈਕਟ ਤਿਆਰ ਕੀਤਾ ਉਹਦੇ ਪ੍ਰਿੰਸੀਪਲਸ ਦੇ ਉੱਤੇ ਅਸੀਂ ਉਹਦਾ ਪ੍ਰੈਕਟੀਕਲ ਰੂਪ ਦਿਖਾਣਾ ਹੈ ਡਿਪਾਰਟਮੈਂਟਲ ਸਟੋਰ ਕਿਸੇ ਇੰਡਸਟਰੀਅਲ ਯੂਨਿਟ ਕਿਸੇ ਫਾਸਟ ਫੂਡ ਆਊਟਲੈਟ ਦੇ ਉੱਤੇ ਜਾਂ ਛੋਟੇ ਬਿਜ਼ਨਸ ਯੂਨਿਟ ਦੇ ਉੱਤੇ ਉਹ ਪ੍ਰਿੰਸੀਪਲਸ ਐਪਲੀਕੇਬਲ ਹੁੰਦੇ ਕੀ ਮੈਨੇ ਜਾਂ ਕਿਸੇ ਦੂਸਰੇ ਸਟੂਡੈਂਟ ਨੇ ਟੇਲਰ ਵਾਲੇ ਪ੍ਰਿੰਸੀਪਲ ਲਿਖੇ ਨੇ ਮੈਨੇਜਮੈਂਟ ਦੇ ਸਾਇੰਟਿਫਿਕ ਮੈਨੇਜਮੈਂਟ ਟੈਕਨੀਕਸ ਜੋ ਐਫ ਡਬਲਯੂ ਟੇਲਰ ਨੇ ਦਿੱਤੇ ਨੇ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਉਹਦਾ ਪ੍ਰੈਕਟੀਕਲ ਰੂਪ ਦਿਖਾਣਾ ਹੈ ਕਿਸੇ ਡਿਪਾਰਟਮੈਂਟਲ ਸਟੋਰ ਇੰਡਸਟਰੀਅਲ ਯੂਨਿਟ ਜਾਂ ਕਿਸੇ ਵੀ ਛੋਟੇ ਬਿਜ਼ਨਸ ਹਾਊਸ ਦੇ ਉੱਤੇ ਜਿੱਥ ਐਪਲੀਕੇਸ਼ਨ ਦਿਖਾ ਸਕਦੇ ਐਸੀ ਸੈਕੰਡ ਯੂਨਿਟ ਦੇ ਬਾਰੇ ਇਸ ਤੋਂ ਬਾਅਦ ਥਰਡ ਯੂਨਿਟ ਹੈ ਸਟੂਡੈਂਟਸ ਸਟਾਕ ਐਕਸਚੇਂਜ ਨਾਲ ਰਿਲੇਟਡ ਜੇਕਰ ਸਟੂਡੈਂਟ ਸਟਾਕ ਐਕਸਚੇਂਜ ਦੇ ਨਾਲ ਰਿਲੇਟਡ ਹੋਣਾ ਨੇ ਪ੍ਰੋਜੈਕਟ ਬਣਾਣਾ ਹੈ ਤਾਂ ਇਹ ਚਾਰਾਂ ਦੇ ਵਿੱਚੋਂ ਕੋਈ ਵੀ ਪ੍ਰੋਜੈਕਟ ਲੈ ਕੇ ਉਹ ਬਣਾ ਸਕਦੇ ਨੇ ਇੱਕ ਪ੍ਰੋਜੈਕਟ ਸਟੂਡੈਂਟ ਜੇ ਸਟਾਕ ਐਕਸਚੇਂਜ ਦੇ ਬਣਾਦੇ ਨੇ ਬਰੀਫ ਹਿਸਟਰੀ ਆਫ ਸਟਾਕ ਐਕਸਚੇਂਜ ਇਨ ਇੰਡੀਆ ਸਾਡੇ ਦੇਸ਼ ਦੇ ਵਿੱਚ ਸਟਾਕ ਐਕਸਚੇਂਜ ਦੀ ਹਿਸਟਰੀ ਕੀ ਹੈ ਉਹਦੇ ਉੱਤੇ ਪ੍ਰੋਜੈਕਟ ਤਿਆਰ ਕਰ ਸਕਦੇ ਨੇ listing procedures of securities in stock exchange dematerialization of securities in stock exchange causes of fluctuations of prices in stock exchange stock exchange ਨਾਲ रिलेटेड ਇਹ ਚਾਰੋਂ ਟਾਪਿਕ ਨੇ ਇਹਨਾਂ ਜੋ ਕਿਸੇ ਵੀ ਇੱਕ ਟਾਪਿਕ ਤੇ ਟੀਚਰ ਐਜ਼ ਅ ਫੈਸਿਲਿਟੇਟਰ ਸਟੂਡੈਂਟਸ ਦੀ ਹੈਲਪ ਕਰ ਸਕਦੇ ਨੇ ਦੱਸ ਸਕਦੇ ਨੇ ਕਿ ਕਿਹੜੇ ਪ੍ਰੋਜੈਕਟ ਦੇ ਵਿੱਚ ਅਸੀਂ ਕੀ ਚੀਜ਼ਾਂ ਦੀਆਂ ਹਨੀਆਂ ਨੇ ਤੇ ਸਟੂਡੈਂਟਸ ਕੋਈ ਇਹਦੇ ਵਿੱਚੋਂ ਇੱਕ ਪ੍ਰੋਜੈਕਟ ਡਵੈਲਪ ਕਰ ਸਕਦੇ ਨੇ 3rd ਯੂਨਿਟ ਚੋਂ ਵੀ ਤਿਆਉ ਸਭ ਤੋਂ ਜ਼ਿਆਦਾ ਯੂਨਿਟ ਦੀ ਗੱਲ ਕਰੀਏ ਉਹ ਹੈ 4th ਯੂਨਿਟ ਜਿਹਨੂੰ ਪ੍ਰੋਜੈਕਟ 4th ਕਹਿੰਦੇ ਆਂ 댓 ਇਜ਼ ਮਾਰਕੀਟਿੰਗ ਮੈਨੇਜਮੈਂਟ ਮਾਰਕੀਟਿੰਗ ਦਾ ਕਨਸੈਪਟ ਤੁਸੀਂ ਡਿਟੇਲ ਦੇ ਵਿੱਚ ਬਿਜ਼ਨਸ ਸਟੱਡੀ ਦੇ ਵਿੱਚ ਪੜਿਆ ਸਟੂਡੈਂਟਸ ਕੈਨ ਟੇਕ ਦਾ ਐਗਜ਼ਾਮਪਲ ਆਫ ਐਨੀ ਕੰਜ਼ਿਊਮਰ ਪ੍ਰੋਡਕਟ ਲਾਈਕ ਮੌਇਸਚਰਾਈਜ਼ਰ ਨੂਡਲਸ ਵਾਈਪਰਸ অর ਵਾਈਪਸ 에ਅਰ ਕੰਡੀਸ਼ਨਸ ਬੇਬੀ ਡਾਈਪਰਸ ਫਰੂਟ ਕੈਂਡੀ ਹੇਅਰ ਆਇਲ ਬਾਈਕ ਇਨਵਰਟਰ ਬਲੈਂਕਟ ਬ੍ਰੈਡ ਲੇਡੀਜ਼ ਬੈਗ ਕੁਰਤੀ ਫੁੱਟਵੀਅਰ ਕਾਫੀ ਚਾਕਲੇਟ ਮੋਬਾਈਲ microwaves oven ਨਿਊਜ਼ਪੇਪਰ ਵਾਸ਼ਿੰਗ ਪਾਊਡਰ ਐਟ ਸੇਟਰਾ ਦਾ ਮਤਲਬ ਐਲਈਡੀ ਜੋ ਵੀ ਕਨਸੈਪਟ ਤੁਹਾਡੇ ਦਿਮਾਗ 'ਚ ਆਉਂਦੇ ਨੇ ਜੋ ਸਾਡੀ ਮਾਰਕੀਟਿੰਗ ਦਾ ਹਿੱਸਾ ਨੇ ਬਿਜ਼ਨਸ ਦਾ ਹਿੱਸਾ ਨੇ ਜਿੰਨਾ ਪ੍ਰੋਡਕਟਸ ਨੂੰ ਕੰਜ਼ਿਊਮਰ ਪਰਚੇਸ ਕਰਦਾ ਹੈ ਉਹਨਾਂ ਦੇ ਰਿਗਾਰਡਿੰਗ ਤੁਸੀਂ ਮਾਰਕੀਟ ਮੈਨੇਜਮੈਂਟ ਦੇ ਉੱਤੇ ਡਿਟੇਲ ਪ੍ਰੋਜੈਕਟ ਤਿਆਰ ਕਰਦੇ ਹੋ इजीली ਤਿਆਰ ਹੋ ਜਾਂਦਾ ਹੈ ਤੇ ਤੁਸੀਂ ਉਸ ਪ੍ਰੋਜੈਕਟ ਦੇ ਵਿੱਚ ਮੰਨ ਲਓ ਤੁਸੀਂ ਕੋਈ ਇੱਕ ਪ੍ਰੋਡਕਟ ਚੁਣ ਲਿਆ ਇਹਨਾਂ ਚੋਂ ਵੀ ਉਸ ਦੇ ਉੱਪਰ ਤੁਸੀਂ ਪ੍ਰੋਜੈਕਟ ਤਿਆਰ ਕਰਨਾ ਹੈ ਮਾਰਕੀਟ ਮੈਨੇਜਮੈਂਟ ਦੇ ਬੇਸਿਕ ਕਨਸੈਪਟ ਨੂੰ ਲੈ ਕੇ ਤੁਸੀਂ ਉਸ ਪ੍ਰੋਡਕਟ ਦੇ ਬਾਰੇ ਦੱਸਣਾ ਕੀ ਕੀ ਹੈ ਵਾਈ ਦੇ ਹੈਵ ਸਿਲੈਕਟਡ ਥਿਸ ਪ੍ਰੋਡਕਟ ਦੇ ਦਾ ਮਤਲਬ ਹੈ ਸਟੂਡੈਂਟਸ ਦੀ ਗੱਲ ਕਰ ਰਹੇ ਸਟੂਡੈਂਟਸ ਨੇ ਇਹ ਪ੍ਰੋਡਕਟ ਜਿਹੜਾ ਵੀ ਇਹਦੇ ਵਿੱਚੋਂ ਸਿਲੈਕਟ ਕੀਤਾ ਮਾਰਕੀਟ ਮੈਨੇਜਮੈਂਟ ਦੇ ਲਈ ਉਹ ਕਿਉਂ ਚੁਣਿਆ ਰੀਜ਼ਨ ਦੱਸਣਾ ਪਏਗਾ ਨੇਮ ਆਫ ਦਾ ਪ੍ਰੋਡਕਟ ਕਿਹੜਾ ਪ੍ਰੋਡਕਟ ਤੁਸੀਂ ਇਸ ਚੋਂ ਸਿਲੈਕਟ ਕਰ ਰਹੇ ਹੋ ਫੀਚਰਸ ਆਫ ਪ੍ਰੋਡਕਟ ਉਸ ਪ੍ਰੋਡਕਟ ਦੀਆਂ ਫੀਚਰਸ ਦੱਸਣੀਆਂ ਪੈਣਗੀਆਂ ਕਿਹੜੀਆਂ-ਕਿਹੜੀਆਂ ਨੇ ਇਸ ਤੋਂ ਇਲਾਵਾ ਬੈਨੀਫਿਟਸ ਐਂਡ ਡੀਮੈਰਿਟਸ ਆਫ ਪ੍ਰੋਡਕਟ ਉਸ ਪ੍ਰੋਡਕਟ ਨੂੰ ਜੇ ਤੁਸੀਂ ਸਿਲੇਕਸ਼ਨ ਕੀਤੀ ਹੈ ਮਾਰਕੀਟਿੰਗ ਮੈਨੇਜਮੈਂਟ ਦਾ ਪ੍ਰੋਜੈਕਟ ਬਣਾਉਣ ਦੇ ਲਈ ਬਿਜ਼ਨਸ ਸਟੱਡੀ ਦੇ ਵਿੱਚ ਤਾਂ ਤੁਸੀਂ ਦੱਸਣਾ ਪਊਗਾ ਉਸ ਪ੍ਰੋਡਕਟ ਦੇ ਬੈਨੀਫਿਟਸ ਜਾਂ ਡੀਮੈਰਿਟਸ ਕੀ ਨੇ ਲਾਭ ਤੇ ਹਾਨੀਆਂ ਕੀ ਨੇ ਇਟਸ ਫਾਈਵ ਕੰਪੀਟੀਟਿਵ ਬ੍ਰਾਂਡਸ ਇਨ ਦਾ ਮਾਰਕੀਟ ਮਾਰਕੀਟ ਚੋਂ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਕਿਹੜੇ ਕਿਹੜੇ ਬ੍ਰਾਂਡ ਨੇ ਮੰਨ ਲਓ ਅਸੀਂ ਮੋਬਾਈਲ ਦੀ ਗੱਲ ਕਰੀਏ ਤਾਂ ਤੁਸੀਂ ਸੈਮਸੰਗ ਦੇ ਮੋਬਾਈਲ ਦੀ ਗੱਲ ਕਰ ਰਹੇ ਹੋ ਤਾਂ ਸੈਮਸੰਗ ਦੇ ਨਾਲ ਮੰਨ ਲਓ ਪੰਜ ਬ੍ਰਾਂਡ ਕਿਹੜੇ ਕਿਹੜੇ ਨੇ ਉਹ ਦੱਸਨੇ ਪੈਣਗੇ ਇਟਸ ਅ ਯੂਨਿਕ ਸੇਲਿੰਗ ਪ੍ਰੋਪੋਜੀਸ਼ਨ ਇਹਦੀ ਜਿਹੜੀ ਸੇਲ ਸੈਲ ਆਊਟ ਕਰਨ ਦਾ ਪ੍ਰੋਸੀਜਰਸ ਕੀ ਆ ਉਸ ਬ੍ਰਾਂਡ ਨੂੰ ਮਾਰਕੀਟ ਦੇ ਵਿੱਚ ਸੇਲ ਕਿਵੇਂ ਕਰਦੇ ਨੇ ਉਹ ਕੀ ਕੀ ਚੀਜ਼ਾਂ ਐਡਾਪਟ ਕਰਦੇ ਨੇ ਪ੍ਰੋਡਕਟਸ ਬ੍ਰਾਂਡ ਸਟਰੈਟਜੀ ਉਸ ਬ੍ਰਾਂਡ ਦੀ ਸਟਰੈਟਜੀ ਕੀ ਆ ਨੀਤੀ ਕੀ ਆ ਲੋਗੋ ਐਂਡ ਟੈਗ ਲਾਈਨਸ ਆਫ ਪ੍ਰੋਡਕਟ ਅੱਗੇ ਮੈਂ ਤੁਹਾਨੂੰ ਐਗਜ਼ਾਮਪਲ ਦੱਸੂਗਾ ਇਹਦੇ ਬਾਰੇ ਦੱਸੂਗਾ ਕਿ ਹਰ ਪ੍ਰੋਡਕਟ ਦਾ ਕੋਈ ਨਾ ਕੋਈ ਲੋਗੋ ਵੀ ਹੁੰਦਾ ਤੇ ਉਹਨੂੰ ਫੇਮ ਕਰਨ ਦੇ ਲਈ ਇੱਕ ਟੈਗ ਲਾਈਨ ਵੀ ਹੁੰਦੀ ਹੈ ਜਿਹੜੀ ਸਪੈਸੀਫਿਕਲੀ ਉਸ ਪ੍ਰੋਡਕਟ ਨੂੰ ਫੇਮ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਟਾਈਮਿੰਗ ਐਂਡ ਅਗੇ ਡਿਵੈਲਪਿੰਗ ਅ ਪ੍ਰੋਮੋਸ਼ਨ ਪਲਾਨ ਫਾਰ ਦਾ ਪ੍ਰੋਡਕਟ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਨੀ ਹੈ ਐਡਵਰਟਾਈਜ਼ਮੈਂਟ ਕਰਨੀ ਉਹਦੀ ਪਲੈਨਿੰਗ ਕੀ ਹੈ ਪੈਕੇਜਿੰਗ ਆਫ ਦਾ ਪ੍ਰੋਡਕਟ ਪ੍ਰੋਡਕਟ ਦੀ ਪੈਕੇਜਿੰਗ ਕਿਵੇਂ ਹੁੰਦੀ ਹੈ ਐਕਸਪਲੇਨੇਸ਼ਨ ਆਫ ਦਾ ਲੇਬਲਿੰਗ ਜੋ ਉਸ ਤੇ ਲੇਬਲ ਲੱਗਿਆ ਹੋਇਆ ਹੈ ਜੋ ਕੁਝ ਲਿਖਿਆ ਹੋਇਆ ਹੁੰਦਾ ਪ੍ਰੋਡਕਟ ਦੀ ਪੈਕਿੰਗ ਦੇ ਬਾਅਦ ਉਹਦੀ ਐਕਸਪਲੇਨੇਸ਼ਨ ਕਰਨੀ ਆ ਅਸੀਂ ਫਿਰ ਮੋਬਾਈਲ ਹੈ ਮੰਨ ਲਓ ਦੀ ਰੈਮ ਦੋ ਸੀ ਵੀ ਹੁੰਦੀ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਕਿਹੜੇ ਕਿਹੜੀਆਂ ਸਪੈਸੀਫਿਕੇਸ਼ਨਸ ਨੇ ਉਹ ਸਾਰਾ ਲੇਬਲਿੰਗ ਹੁੰਦੀ ਹੈ ਕਿਸੇ ਪ੍ਰੋਡਕਟ ਦੀ ਸੋਸ਼ਲ ਮੈਸੇਜ ਫਾਰ ਦਾ ਲੇਬਲ ਲੇਬਲ ਦੇ ਉੱਤੇ ਜੇਕਰ ਕੋਈ ਸੋਸ਼ਲ ਮੈਸੇਜ ਹੈ ਜਿਹੜਾ ਸੁਸਾਇਟੀ ਨਾਲ ਰਿਲੇਟਡ ਹੈ ਪ੍ਰੋਡਕਟ ਨੂੰ ਕੋਆਰਡੀਨੇਟ ਕਰ ਰਿਹਾ ਹੈ ਸੁਸਾਇਟੀ ਦੇ ਨਾਲ ਉਹ ਵੀ ਅਸੀਂ ਸ਼ੋਅ ਕਰਨਾ ਹੈ ਆਪਣੇ ਪ੍ਰੋਜੈਕਟ ਨੂੰ ਬਣਾਉਂਦੇ ਹੋਏ ਸਟੂਡੈਂਟ ਜਦੋਂ ਪ੍ਰੋਜੈਕਟ ਬਣਾਣੇ ਤੇ ਤੁਹਾਡੇ ਐਗਜ਼ਾਮੀਨਰ ਨੇ ਉਹਨੂੰ ਏਵੈਲਿਊਏਟ ਕਰਨਾ ਤਾਂ ਤੁਹਾਡੇ ਪ੍ਰੋਜੈਕਟ ਨੂੰ ਇਨ੍ਹਾਂ ਹਿੱਸਿਆਂ ਦੇ ਵਿੱਚ ਵੰਡ ਕੇ 20 ਮਾਰਕਸ ਟੀਚਰਸ ਨੇ ਇਹਦੇ ਵਿੱਚੋਂ ਦੇਨੇ ਨੇ ਇਨੀਸ਼ੀਏਟਿਵ ਕੋਆਪਰੇਟਿਵਨੈਸ ਐਂਡ ਪਾਰਟਿਸਪੇਸ਼ਨ ਤੁਸੀਂ ਕਿੰਨਾ ਕੁ ਇਨੀਸ਼ੀਏਟਿਵ ਲੀਤਾ ਆ ਪਹਿਲ ਕੀਤੀ ਹੈ ਪ੍ਰੋਜੈਕਟ ਨੂੰ ਬਣਾਉਣ ਦੀ ਕਿਸ ਤਰ੍ਹਾਂ ਕੋਆਪਰੇਸ਼ਨ ਦੇ ਨਾਲ ਤੁਸੀਂ ਦੂਸਰਿਆਂ ਦੀ ਹੈਲਪ ਲੇਕੀ ਇਸ ਪ੍ਰੋਜੈਕਟ ਦੇ ਵਿੱਚ ਚੀਜ਼ਾਂ ਇਨਪੋਰਟ ਕੀਤੀਆਂ ਨੇ ਪਾਰਟਿਸਪੇਸ਼ਨ ਕਿੰਨੀ ਕ ਹੈ ਇਸ ਪ੍ਰੋਜੈਕਟ ਦੇ ਵਿੱਚ ਤੁਹਾਡੀ ਆਪਣੀ ਕ੍ਰੀਏਟੀਵਿਟੀ ਇਨ ਪ੍ਰੈਜੈਂਟੇਸ਼ਨ ਜੋ ਤੁਸੀਂ ਉੱਥੇ ਪੇਸ਼ ਕਰਕੇ ਦਿਖਾਓਗੇ ਉਹਦੀ ਪ੍ਰੈਜੈਂਟੇਸ਼ਨ ਕਰੋਗੇ ਉਸ ਦੀ ਕ੍ਰੀਏਟੀਵਿਟੀ ਕਿੰਨੀ ਹੈ ਆਰਟੀਫੀਸ਼ਲ ਤਾਂ ਨਹੀਂ ਹੈ ਕਿਤੇ ਸਾਰਾ ਕੁਝ ਤੁਸੀਂ ਕਨਸੈਪਟ ਨੂੰ ਸਮਝ ਸਕੇ ਜਾਂ ਨਹੀਂ ਇਹਦੇ ਵੀ 2 ਨੰਬਰ ਨੇ ਜਿਸ ਤਰ੍ਹਾਂ ਇਨੀਸ਼ੀਏਟਿਵ ਤੇ ਪਾਰਟਿਸਪੇਸ਼ਨ ਦੇ 2 ਮਾਰਕਸ ਸੀ ਅਗਿਆ ਕੰਟੈਂਟ অবজারਵੇਸ਼ਨ ਐਂਡ ਰਿਸਰਚ ਵਰਕ ਤੁਹਾਡਾ ਕੰਟੈਂਟ ਕੀ ਆ ਬੇਸਿਕ ਜੋ ਲਿਖਿਆ ਹੋਇਆ ਹੈ ਤੁਸੀਂ ਆਬਜ਼ਰਵ ਕੀ ਕੀਤਾ ਜੋ ਲਿਖੇ ਵਿੱਚ ਤੁਸੀਂ ਕੀ ਸਿੱਖ ਰਹੇ ਹੋ ਜੋ ਆਬਜ਼ਰਵ ਆਬਜ਼ਰਵ ਕਰੇਗਾ ਤੁਹਾਡਾ ਐਗਜ਼ਾਮੀਨਰ ਕਿ ਤੁਹਾਡੇ ਕੰਟੈਂਟ ਦੀ ਆਬਜ਼ਰਵੇਸ਼ਨ ਕਰਕੇ ਦੇਖੇਗਾ ਕਿ ਤੁਸੀਂ ਰਿਸਰਚ ਵਰਕ ਵੀ ਕਿੰਨਾ ਕੀਤਾ ਤੁਸੀਂ ਕੁਝ ਸਾਰਾ ਕੁਝ ਕਿਤੋਂ ਚੱਗਿਆ ਐਜ਼ ਇਟ ਇਜ਼ ਤਣੀ ਕਿਤੇ ਪ੍ਰਿੰਟ ਕਰਤਾ ਤੁਹਾਡੀ ਮਿਹਨਤ ਕਿੰਨੀ ਹੈ ਉਸ ਪ੍ਰੋਜੈਕਟ ਦੇ ਵਿੱਚ ਕੰਟੈਂਟ ਨੂੰ ਡਿਸਪਲੇ ਕਰਨ ਦੇ ਵਿੱਚ ਐਨਾਲਾਈਜ਼ ਆਫ ਦਾ ਸਿਚੁਏਸ਼ਨਸ ਤੁਸੀਂ ਸਿਚੁਏਸ਼ਨਸ ਦਾ ਜਿਹੜੀਆਂ ਡਿਫਰੈਂਟ ਚੀਜ਼ਾਂ ਦਿਖਾ ਰਹੇ ਹੋ ਕਿਸੇ ਪ੍ਰੋਡਕਟ ਦੇ ਵਾਰੇ ਮਾਰਕੀਟਿੰਗ ਮੈਨੇਜਮੈਂਟ ਦਾ ਹੋ ਸਕਦਾ ਹੈ ਸਟਾਕ ਐਕਸਚੇਂਜ ਦਾ ਤੁਸੀਂ ਉਸ ਸਿਚੁਏਸ਼ਨ ਦਾ ਵਿਸ਼ਲੇਸ਼ਣ ਕੀਤਾ ਹੈ ਜਾਂ ਨਹੀਂ ਉਹਦੇ ਵੀ ਮਾਰਕਸ ਨੇ ਇਸ ਤੋਂ ਇਲਾਵਾ ਵਾਈਵਾ ਹੋਣਾ ਹੈ 6 ਮਾਰਕਸ ਦਾ ਇਸ ਤਰ੍ਹਾਂ ਦੇ ਨਾਲ 2 2 4 6 6 6 ਇਹ ਟੋਟਲ 20 ਮਾਰਕਸ ਦਾ ਤੁਹਾਡਾ ਪ੍ਰੋਜੈਕਟ ਵਰਕ ਹੈ ਜਿਸ ਦੇ ਵਿੱਚੋਂ ਨੰਬਰ ਲੱਗਨੇ ਨੇ ਕਲੀਅਰ ਇੱਕ ਬੜੀ ਇੰਪੋਰਟੈਂਟ ਜ਼ਰੂਰੀ ਚੀਜ਼ਾਂ ਜੋ ਤੁਸੀਂ ਪ੍ਰੈਜੈਂਟੇਸ਼ਨ ਕਰਨੀ ਹੈ ਆਪਣੇ ਟੀਚਰਸ ਨੂੰ ਸਬਮਿਟ ਕਰਨਾ ਹੈ ਫਾਈਨਲ ਜੋ ਸਾਡਾ ਐਕਸਟਰਨਲ ਜਾਂ ਇੰਟਰਨਲ ਐਗਜ਼ਾਮੀਨਰ ਆਣੇ ਉਹਦੇ ਸਾਹਮਣੇ ਪ੍ਰੈਜੈਂਟੇਸ਼ਨ ਐਂਡ ਸਬਮਿਸ਼ਨ ਆਫ ਪ੍ਰੋਜੈਕਟ ਰਿਪੋਰਟ ਐਟ ਦਾ ਐਂਡ ਆਫ ਸਟੀਪੂਲੇਟਡ ਟਰਮ ਈਚ ਸਟੂਡੈਂਟ ਵਿਲ ਪ੍ਰਪੇਅਰ ਸਬਮਿਟ ਹਿਸ অর ਹਰ ਪ੍ਰੋਜੈਕਟ ਰਿਪੋਰਟ ਫਾਲਿੰਗ ਅ ਸੈਂਸਰ ਰਿਕੁਆਇਰਡ ਟੂ ਬੀ ਫੁਲਫਿਲਡ ਫਾਰ ਇਟਸ ਪ੍ਰੇਪਰੇਸ਼ਨ ਐਂਡ ਸਬਮਿਸ਼ਨ ਜੋ ਪ੍ਰੋਜੈਕਟ ਬਣਾਣਾ ਹੈ ਤਾਂ ਇਹ ਬੜੀਆਂ ਜ਼ਰੂਰੀ ਗੱਲਾਂ ਨੇ the whole project will in the file format proper file de vich banao the project will be in handwritten handwritten hona chahinda koi certificate hove jade vich lagde ne oh assi ho sakda hai printed use kar liye bahut sari notebooks vi aundiyan ne jinna nu bacche practically use kar sena oh vi use kar sakde journal ye nu kive banana oh vi dasda hai handwritten karna hai aap likhna hai dhyan rakhiyo the project will be presented in neat folder ik vadiya da folder leke oh de vich apni file hai jehdi put up karke ਅਸੀਂ ਪੇਸ਼ ਕਰਨੀ ਹੈ द ਸਟੂਡੈਂਟਸ ਵਿਲ ਪ੍ਰਿਪੇਅਰ ਪ੍ਰੋਜੈਕਟ ਔਨ ਰੂਲਡ ਸ਼ੀਟਸ অর ਵਿਲ ਯੂਜ਼ ਐਨ ਇੰਟਰਲੀਫ ਪ੍ਰੈਕਟੀਕਲ ਨੋਟਬੁక్స్ ਰੂਲਡ ਸ਼ੀਟਸ ਜਾਂ ਇੰਟਰਲੀਫ ਪ੍ਰੈਕਟੀਕਲ ਨੋਟਬੁਕਸ ਸਾਨੂੰ ਪਤਾ ਨਹੀਂ ਮਾਰਕੀਟ ਚ ਆਉਂਦੀਆਂ ਨੇ ਜਾਂ ਲੂਜ਼ ਜਿਹੜੀਆਂ ਰੂਲਡ ਸ਼ੀਟਸ ਨੇ ਉਹ ਵੀ ਮਿਲਦੀਆਂ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਡੇ ਸਾਹਮਣੇ ਡਿਫਰੈਂਟ ਮੈਂ ਦਿੱਤੀਆਂ ਨੇ ਇਹ ਡਿਫਰੈਂਟ ਟਾਈਪ ਦੀਆਂ ਇੰਟਰਲੀਫ ਪ੍ਰੈਕਟੀਕਲ ਨੋਟਬੁਕਸ ਜਿਹੜੀਆਂ ਮਾਰਕੀਟਸ ਮਿਲਦੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਸ਼ੀਟਸ ਮਿਲਦੀਆਂ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਕਲੀਅਰ ਦਾ ਪ੍ਰੋਜੈਕਟ ਰਿਪੋਰਟ ਵਿਲ ਬੀ ਡਿਵੈਲਪਡ ਇਨ ਦਾ ਫਾਲੋਇੰਗ ਸੀਕੁਐਂਸ ਪ੍ਰੋਜੈਕਟ ਰਿਪੋਰਟ ਬਣਾਣੀ ਕਿਵੇਂ ਹੈ ਸਭ ਤੋਂ ਪਹਿਲਾਂ ਬੜਾ ਇੰਪੋਰਟੈਂਟ ਹੁੰਦਾ ਉਹ ਕਵਰ ਪੇਜ ਜਿਹੜਾ ਸਭ ਤੋਂ ਜ਼ਿਆਦਾ ਇੱਕ ਇੰਪ੍ਰੈਸਿਵ ਪੇਜ ਹੋਣਾ ਚਾਹੀਦਾ ਸ਼ੁੱਡ ਹੈਵ ਪ੍ਰੋਜੈਕਟ ਟਾਈਟਲ ਸਟੂਡੈਂਟ ਇਨਫੋਰਮੇਸ਼ਨ ਸਕੂਲ ਈਅਰ ਇਹ ਸਾਰਾ ਕੁਝ ਅਸੀਂ ਕਵਰ ਪੇਜ ਤੇ ਲਿਖਣਾ ਲਿਸਟ ਆਫ ਕੰਟੈਂਟਸ ਫਿਰ ਕੰਟੈਂਟ ਦੀ ਲਿਸਟ ਬਣਾਣੀ ਹੈ ਜਿਹਨੂੰ ਅਸੀਂ ਇੰਡੈਕਸ ਕਹਿ ਸਕਦੇ ਹਾਂ ਇੱਕ ਪੇਜ ਤੇ ਇਕਨੋਲਜਮੈਂਟ ਐਂਡ ਪ੍ਰੀਫੇਸ ਇਕਨੋਲਜਮੈਂਟ ਦਾ ਮਤਲਬ ਤੁਸੀਂ ਇਹ ਇਨਫੋਰਮੇਸ਼ਨ ਡਿਸਪਲੇ ਕਰਨੀ ਹੈ ਕਿ ਤੁਸੀਂ ਕਿਹੜੀ ਕਿਹੜੀ ਇੰਸਟੀਟਿਊਸ਼ਨਸ ਨਿਊਜ਼ਪੇਪਰ ਇੰਟਰਨੈਟ ਪਲੇਸਿਸ ਨੂੰ ਵਿਜ਼ਿਟ ਕੀਤਾ ਪਰਸਨਸ ਦੀ ਹੈਲਪ ਲਈ ਉਹ ਸਾਰਾ ਕੁਝ ਅਸੀਂ ਇਕਨੋਲਜਮੈਂਟ ਦੇ ਵਿੱਚ ਦੱਸਣਾ ਹੈ ਕਿ ਅਸੀਂ ਉਹਨਾਂ ਸਾਰਿਆਂ ਦੇ ਥੈਂਕਫੁਲ ਹੈ ਉਹ ਮੈਂ ਅੱਗੇ ਵੀ ਤੁਹਾਨੂੰ ਦਿਖਾਣਾ ਹੈ ਇੰਟਰੋਡਕਸ਼ਨ ਆਪਣੇ ਪ੍ਰੋਜੈਕਟ ਦੀ ਇੰਟਰੋਡਕਸ਼ਨ ਸ਼ੁਰੂ ਹੋਏਗੀ ਫਿਰ ਟਾਪਿਕ ਵਿਦ ਸੂਟੇਬਲ ਹੈਡਿੰਗ ਉਹਦਾ ਜਿਹੜਾ ਟਾਪਿਕ ਤੁਸੀਂ ਦੱਸਣਾ ਹੈ ਤੁਸੀਂ ਕਿਸ ਚੀਜ਼ ਦੇ ਰਿਗਾਰਡਿੰਗ ਤੁਸੀਂ ਉਹਨੂੰ ਪ੍ਰੋਜੈਕਟ ਨੂੰ ਡਿਵੈਲਪ ਕਰ ਰਹੇ ਹੋ ਬੇਸਿਕ ਟਾਪਿਕ ਪਲੈਨਿੰਗ ਐਂਡ ਐਕਟੀਵਿਟੀਆਂ ਡਨ ਧਿਊਰਿੰਗ ਦਾ ਪ੍ਰੋਜੈਕਟ ਇਫ ਐਨੀ ਜੇ ਕੋਈ ਪਲੈਨਿੰਗ ਕੀਤੀ ਹੈ ਤੁਸੀਂ ਕੋਈ ਐਕਟੀਵਿਟੀਆਂ ਕੀਤੀਆਂ ਨੇ ਕਿਤੇ ਵਿਜ਼ਿਟ ਕੀਤਾ ਉਹ ਵੀ ਦੱਸਣਾ ਪਏਗਾ ਆਬਜ਼ਰਵੇਸ਼ਨ ਐਂਡ ਫਾਈਂਡਿੰਗਸ ਵਾਈਲ ਕੰਡਕਟਿੰਗ ਦਾ ਪ੍ਰੋਜੈਕਟ ਜੇ ਤੁਸੀਂ ਐਕਟੀਵਿਟੀਆਂ ਕਰ ਰਹੇ ਸੀ ਜੇਕਰ ਤੁਹਾਨੂੰ ਕੁਝ ਆਬਜ਼ਰਵ ਕੀਤਾ ਕੁਝ ਦੇਖਿਆ கான்ਸੈਪਟ ਦੇ ਬਾਰੇ ਕੁਝ ਫਾਈਂਡਿੰਗਸ ਤੁਹਾਨੂੰ ਨਵੀਂ ਰਿਸਰਚ ਮਿਲੀ ਹੈ ਤੁਸੀਂ ਉਹ ਵੀ ਡਿਸਪਲੇ ਕਰਨੀ ਹੈ ਕਨਕਲੂਜਨ ਦੇਣੀ ਹੈ ਐਂਡ ਜੇ ਸਮਰਾਇਜ਼ ਜਿਹੜੀ ਸੁਜੈਸ਼ਨਸ ਦੇਣੀਆਂ ਨੇ ਫਿਊਚਰ ਸਕੋਪ ਕੀ ਹੈ ਉਸ ਪ੍ਰੋਜੈਕਟ ਦਾ ਆਉਣ ਵਾਲੇ ਸਮੇਂ ਚ ਤੇ ਅਪੈਂਡਿਕਸ ਜਿਹੜਾ ਵਿੱਚ ਇਹ ਇਨਫੋਰਮੇਸ਼ਨ ਦੇਣੀ ਆ ਕਿ ਤੁਹਾਡੇ ਕੋਲ ਜਿਹੜੇ ਰਿਸੋਰਸ ਆਫ ਇਨਫੋਰਮੇਸ਼ਨ ਕੀ ਨੇ ਜਿਹੜੀ ਸੂਚਨਾ ਮਿਲੀ ਆ ਉਹ ਤੁਹਾਨੂੰ ਕਿਹੜੇ ਕਿਹੜੇ ਸਾਧਨਾਂ ਤੋਂ ਮਿਲੀ ਆ ਕੋਈ ਪਾਰਟਿਕੂਲਰ ਬੁੱਕ ਹੈ ਕਿਸੇ ਰਾਈਟਰ ਦਾ ਕਿਸੇ ਡਿਪਾਰਟਮੈਂਟ ਦੀ ਇਨਫੋਰਮੇਸ਼ਨ ਹੈ ਜਿਹਨਾਂ ਨੂੰ ਤੁਸੀਂ ਯੂਜ਼ ਕਰ ਰਹੇ ਹੋ ਆਪਣੇ ਪ੍ਰੋਜੈਕਟ ਡਿਸਪਲੇ ਕਰਨ ਦੇ ਲਈ ਉਹ ਵੀ ਜੇ ਜ਼ਰੂਰਤ ਹੋਵੇ ਤੁਸੀਂ ਯੂਜ਼ ਕਰ ਸਕਦੇ ਹੋ ਪ੍ਰੋਜੈਕਟ ਦੇ ਵਿੱਚ ਇਹ ਸਾਰੀ ਚੀਜ਼ਾਂ ਬਣਾਉਣੀਆਂ ਨੇ ਸਟੂਡੈਂਟਸ ਆਮ ਮੰਨਦੇ ਵੀ ਚੱਲਦਾ ਕਿ ਪ੍ਰੋਜੈਕਟ ਹੋਣਾ ਕਿੰਨੇ ਕਿਤੇ ਚਾਹੀਦਾ ਹੈ ਜਨਰਲੀ ਜਿਹੜਾ ਆਮ ਪ੍ਰੋਜੈਕਟ ਬੰਦਾ 30 35 ਪੇਜ ਨਾਰਮਲ ਹੁੰਦੇ ਨੇ ਜਿਹੜੇ ਅੱچھے ਸਟੂਡੈਂਟਸ ਇੱਕ ਮੇਜਰ ਹੈਵੀ ਪ੍ਰੋਜੈਕਟ ਲੈ ਲੈਂਦੇ ਨੇ ਉਹ 50 ਤੋਂ 60 ਪੇजेस ਤੱਕ ਵੀ ਚਲਾ ਜਾਂਦਾ ਜਨਰਲੀ CBSE ਦੇ ਫਾਰਮੈਟ ਦੇ ਵਿੱਚ ਇਹੋ ਜਿਹਾ ਦੇਖਣ ਨੂੰ ਮਿਲਦਾ ਹੈ ਸੇਮ ਵੇ ਆਪਣੇ ਉੱਤੇ ਵੀ ਲਾਗੂ ਹੁੰਦਾ ਹੈ ਇਹ ਕੋਈ ਫਾਸਟ ਰੂਲ ਨਹੀਂ ਹੈਗੇ ਟੌਪਿਕ ਤੁਹਾਡਾ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਉਹਨੂੰ 30 ਪੇजेस ਦੇ ਵਿੱਚ ਕਨਕਲੂਡ ਕਰਤਾ ਇਟ ਇਜ਼ ਵੈਲ ਅਚੀ ਗੱਲ ਐ ਤੁਸੀਂ ਐਵੇਂ ਕਰ ਸਕਦੇ ਹੋ ਬਟ ਜਰਨਲ ਕਿੰਨਾ ਹੁੰਦਾ ਉਹ ਮੈਨੂੰ ਦੱਸਿਆ ਮੰਨ ਲਓ ਆਪਾਂ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਲਈ Let you have selected project fourth topic of marketing management ਮੈਂ ਤਾਂ ਨਹੀਂ ਕਿ ਐਗਜ਼ਾਮਪਲ ਲੈ ਰਹੇ ਤੁਸੀਂ ਚਾਰਾਂ ਚੋਂ ਕੋਈ ਵੀ ਇੱਕ ਯੂਨਿਟ ਚੋਂ ਕੋਈ ਇੱਕ ਪ੍ਰੋਜੈਕਟ ਤਿਆਰ ਕਰਨਾ ਹੈ ਧਿਆਨ ਰੱਖਿਓ ਮੰਨ ਲਓ ਮੈਂ फोर्थ ਯੂਨਿਟ ਸਿਲੈਕਟ ਕੀਤੀ ਮਾਰਕੀਟਿੰਗ ਮੈਨੇਜਮੈਂਟ ਦੀ ਉਹਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਨੇ ਮੰਨ ਲਓ ਮੇਰਾ ਪ੍ਰੋਡਕਟ ਸੀ ਵਾਸ਼ਿੰਗ ਪਾਊਡਰ ਤੁਹਾਡਾ ਪ੍ਰੋਡਕਟ ਮੋਬਾਈਲ ਹੋ ਸਕਦਾ ਹੈ ਬੱਚਿਆਂ ਦੀ ਆਮ ਇੱਛਾ ਹੁੰਦੀ ਹੈ ਮੋਬਾਈਲ ਦੇ ਬਾਰੇ ਤੁਹਾਡਾ ਪ੍ਰੋਡਕਟ ਤੁਹਾਡੇ ਬ੍ਰਾਂਡਡ ਕੱਪੜੇ ਹੋ ਸਕਦੇ ਨੇ ਤੁਹਾਡਾ ਪ੍ਰੋਡਕਟ ਡਿਫਰੈਂਟ ਟਾਈਪ ਦੀਆਂ ਇਲੈਕਟ੍ਰੋਨਿਕ ਆਈਟਮਸ ਹੋ ਸਕਦੀਆਂ ਨੇ LED, ਵਾਸ਼ਿੰਗ ਮਸ਼ੀਨ ਕੋਈ ਵੀ ਇੱਕ ਇੱਕ بیس ਤੁਹਾਨੂੰ ਮੈਂ ਦੱਸ ਰਿਹਾ ਉਹਨੂੰ ਤਿਆਰ ਕਿਵੇਂ ਕਰਨਾ ਹੈ ਵਾਸ਼ਿੰਗ ਪਾਊਡਰ ਨੂੰ ਲੈ ਕੇ ਮਾਰਕੀਟਿੰਗ ਦੇ ਬਾਰੇ ਤੁਹਾਨੂੰ ਪਤਾ ਹੈ ਤੁਸੀਂ ਮਾਰਕੀਟਿੰਗ ਦੇ ਬਾਰੇ ਜਦੋਂ ਬਿਜ਼ਨਸ ਸਟੱਡੀ ਚ ਪੜ੍ਹਦੇ ਹੋ ਉਹਦੀ ਬ੍ਰਾਂਡਿੰਗ ਕਿਸੇ ਵੀ ਪ੍ਰੋਡਕਟ ਦੇ ਬਾਰੇ ਬ੍ਰਾਂਡ ਕੀ ਹੈ ਉਹਦੇ ਬ੍ਰਾਂਡ ਦੀ ਵੈਲਿਊ ਕੀ ਹੈ ਲੇਬਲਿੰਗ ਉਹਦੇ ਉੱਤੇ ਕੀ ਕੀ ਲਿਖਿਆ ਹੋਇਆ ਹੁੰਦਾ ਹੈ ਪ੍ਰੋਡਕਟ ਦੀਆਂ ਸਪੈਸੀਫਿਕੇਸ਼ਨਸ ਪੈਕੇਜਿੰਗ ਉਹਦੀ ਪੈਕੇਜਿੰਗ ਕਿਹੋ ਜੀ ਹੈ ਇਸ ਤਰ੍ਹਾਂ ਦੇ ਬਾਕਸ ਯੂਜ਼ ਹੋ ਰਹੇ ਨੇ ਲਿਫਾਫੇ ਯੂਜ਼ ਕੀਤੇ ਜਾਣੇ ਇਨਵੈਲਪ ਵਗੈਰਾ ਪ੍ਰਾਈਸ ਬੜੀ ਇੰਪੋਰਟੈਂਟ ਚੀਜ਼ਾਂ ਨੇ ਫਿਜ਼ੀਕਲ ਡਿਸਟ੍ਰਿਬਿਊਸ਼ਨ ਉਹਦੀ ਡਿਸਟ੍ਰਿਬਿਊਸ਼ਨ ਦੇ ਲਈ ਮਾਰਕੀਟਿੰਗ ਦੇ ਲਈ ਕੀ ਕੀਤਾ ਜਾਂਦਾ ਹੈ ਪ੍ਰੋਮੋਸ਼ਨ ਐਡਵਰਟਾਈਜ਼ਿੰਗ ਪਰਸਨਲ ਸੇਲਿੰਗ ਸੇਲਸ ਪ੍ਰੋਮੋਸ਼ਨ ਪਬਲਿਕ ਰਿਲੇਸ਼ਨ ਇਹ ਸਾਰਾ ਕੁਝ ਮਾਰਕੀਟਿੰਗ ਦੇ ਪਹਿਲੂ ਨੇ ਇਹ ਤੁਸੀਂ ਸਾਰਾ ਬਿਜ਼ਨਸ ਸਟੱਡੀ ਦੇ ਮਾਰਕੀਟਿੰਗ ਦੇ ਵਿੱਚ ਇਹਨੂੰ ਸਟੱਡੀ ਕਰਦੇ ਹੋ ਇਸ ਬੇਸ ਦੇ ਉੱਤੇ ਅਸੀਂ ਮਾਰਕੀਟਿੰਗ ਦਾ ਕੋਈ ਵੀ ਪ੍ਰੋਜੈਕਟ ਹੈ ਇਹਨਾਂ ਗੱਲਾਂ ਨੂੰ ਦਿਮਾਗ 'ਚ ਰੱਖਦੇ ਹੋਏ ਡਿਵੈਲਪ ਕਰਦੇ ਹਾਂ ਹਮੇਸ਼ਾ ਕਲੀਅਰ ਅਬ ਸਟੂਡੈਂਟਸ ਅੱਗੇ ਵਧੀਏ ਹੁਣ ਆਪਾਂ ਇਹ ਮੰਨ ਲਓ ਕਿ ਐਗਜ਼ਾਮਪਲ ਹੈ ਕਵਰ ਪੇਜ ਕਵਰ ਪੇਜ ਤੇ ਮੈਂ ਦੱਸਿਆ ਸੀ ਸੈਸ਼ਨ ਲਿਖਣਾ 12th ਕਾਮਰਸ ਆਪਣੇ ਪ੍ਰੋਡਕਟ ਦਾ ਨਾਮ ਲਿਖੋ ਜਿਵੇਂ ਮੰਨ ਲਓ ਮੈਂ ਵਾਸ਼ਿੰਗ ਪਾਊਡਰ ਲੀਤਾ ਤਾਂ ਵਾਸ਼ਿੰਗ ਪਾਊਡਰ ਵਾਸ਼ਿੰਗ ਪਾਊਡਰ ਦਾ ਜੇ ਬ੍ਰਾਂਡ ਹੈ ਮੰਨ ਲਓ ਨਿਰਮਾ ਹੈ ਇਸ ਤੋਂ ਇਲਾਵਾ ਸਿਰਫ ਐਕਸਲ ਹੈ ਆਪਾਂ ਕੋਈ ਵੀ ਲੈ ਸਕਦੇ ਆ ਮੰਨ ਲਓ ਆਪਾਂ ਸਿਰਫ ਐਕਸਲ ਲੈ ਰਹੇ ਆ ਵਾਸ਼ਿੰਗ ਪਾਊਡਰ ਤਾਂ ਇਥੇ ਵਾਸ਼ਿੰਗ ਪਾਊਡਰ ਸਿਰਫ ਐਕਸਲ ਲਿਖਿਆ ਜਾ ਸਕਦਾ ਰਿਨ ਹੋ ਸਕਦਾ ਇਹ ਸਾਡਾ ਸਬਜੈਕਟ ਹੋ ਗਿਆ ਨੇਮ ਫਾਦਰ ਨੇਮ ਰੋਲ ਨੰਬਰ ਬੋਰਡ ਦਾ ਰੋਲ ਨੰਬਰ ਨੇਮ ਆਫ ਸਕੂਲ ਸੁਪਰਵਾਈਜ਼ਡ ਬਾਈ ਨੇਮ ਆਫ ਦਾ ਟੀਚਰ ਜਿਹੜਾ ਟੀਚਰ ਸੁਪਰਵੀਜ਼ਨ ਕਰ ਰਿਹਾ ਤੁਹਾਡਾ ਹੈਲਪਿੰਗ ਹੈਂਡ ਹੈ ਮਤਲਬ ਮੇਰੇ ਸਾਥੀ ਅਧਿਆਪਕ ਬੜੇ ਰਿਸਪੈਕਟੇਬਲ ਟੀਚਰਸ ਜੋ ਆਪਣੇ ਬੱਚਿਆਂ ਨੂੰ ਇੱਕ ਇਹ ਲਾਈਟ ਹਾਊਸ ਬਣ ਕੇ ਉਹਨਾਂ ਦਾ ਰਸਤਾ ਦਿਖਾਉਂਦੇ ਨੇ ਅਸੀਂ ਉਸ ਆਪਣੀ ਟੀਚਰ ਦਾ ਨਾਮ ਲਿਖਣਾ ਜੋ ਸਾਨੂੰ ਬਿਜ਼ਨਸ ਸਟੱਡੀ ਪੜ੍ਹਾ ਰਹੇ ਨੇ ਇਹ ਤੁਹਾਡਾ ਕਵਰ ਪੇਜ ਹੋ ਸਕਦਾ ਤੁਸੀਂ ਇਹਨੂੰ ਹੋਰ ਬਿਊਟੀਫੁਲੀ ਡੈਕੋਰੇਟ ਕਰ ਸਕਦੇ ਹੋ ਬਹੁਤ ਬਿਊਟੀਫੁਲ ਕਵਰ ਪੇजेस ਨੇ ਜਿਨ੍ਹਾਂ ਨੂੰ ਤੁਸੀਂ ਐਜ਼ ਅ ਐਗਜ਼ਾਮਪਲ ਕਿਤੋਂ ਵੀ ਸਰਚ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਸਰਟੀਫਿਕੇਟ ਲੱਗਦਾ ਜਿਵੇਂ ਮੰਨ ਲਓ ਮੈਂ ਆਪਣੇ ਸਕੂਲ ਦਾ ਨਾਮ ਲਿਖਦਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੀਦਪੁਰ ਡਿਸਟ੍ਰਿਕਟ ਪਟਿਆਲਾ 12th ਕਾਮਰਸ ਸਰਟੀਫਿਕੇਟ ਕਾਦੇ ਵਾਸਤੇ ਹੁੰਦਾ ਮੈਂ ਇਹਦੀ ਲੈਂਗੁਏਜ ਪੜ੍ਹ ਰਹੀ ਹਾਂ ਇਸ ਤੋਂ ਡਿਫਰ ਕਰ ਸਕਦੀ ਐ ਥਿਸ ਇਜ਼ ਟੂ ਸਰਟੀਫਾਈਡ ਥੈਟ ਅ ਸਟੂਡੈਂਟ ਆਫ 12th ਹੈਜ਼ ਸਕਸੈਸਫੁਲੀ ਕੰਪਲੀਟਡ ਦਾ ਰਿਸਰਚ ਓਨ ਦਾ ਪ੍ਰੋਜੈਕਟ ਇਥੇ ਨਾਮ ਆ ਜਾਏਗਾ ਕਿਹਨੇ ਕੀਤਾ ਅੰਡਰ ਦਾ ਗਾਈਡੈਂਸ ਆਫ ਮਿਸਟਰ ਅਨੂਪਮ ਨਾਰੰਗ ਤੇ ਪ੍ਰੋਜੈਕਟ ਕਿਹੜਾ ਕੰਪਲੀਟ ਕੀਤਾ ਉਹ ਅਸੀਂ ਇਸ ਬਲੈਂਕ ਚ ਭਰ ਦਾਂਗੇ ਇਹ ਤੁਹਾਡੇ ਟੀਚਰ ਦਾ ਨਾਮ ਆ ਗਿਆ ਕਿਹਦੀ ਗਾਈਡੈਂਸ ਦੇ ਵਿੱਚ ਹੋਇਆ ਡਿਊਰਿੰਗ ਦਾ ਈਅਰ 2015 16 ਲਿਖਿਆ ਹੋਇਆ ਇੱਥੇ ਅਸੀਂ 2020 ਕੀ ਲਿਖਾਂਗੇ ਪਾਰਸ਼ਲ ਫੁਲਫਿਲਮੈਂਟ ਆਫ ਇ ਫਿਜ਼ਿਕਸ ਨਾਲ ਰਿਲੇਟਡ ਹੈ ਸਾਡਾ ਬਿਜ਼ਨਸ ਸਟਡੀ ਦਾ ਹੋ ਸਕਦਾ ਤਾਂ ਬਿਜ਼ਨਸ ਸਟਡੀ ਲਿਖ ਦਾਂਗੇ ਤੇ ਨੀਚੇ ਨੇਮ ਆਫ ਦਾ ਐਗਜ਼ਾਮੀਨਰ ਉਹਦੇ ਸਾਈਨ ਆਣਗੇ ਜਦੋਂ ਐਗਜ਼ਾਮੀਨਰ ਤੁਹਾਡੀ ਇਹ ਨੋਟਬੁੱਕ ਨੂੰ ਪ੍ਰੈਕਟੀਕਲ ਦੇ ਦੌਰਾਨ ਪ੍ਰੋਜੈਕਟ ਵਰਕ ਨੂੰ ਚੈੱਕ ਕਰਨਾ ਹੈ ਉਹਦੇ ਸਿਗਨੇਚਰ ਆਣਗੇ ਇਸ ਤੋਂ ਇਲਾਵਾ ਜੋ ਤੁਹਾਡਾ ਟੀਚਰ ਹੈ ਜਿਵੇਂ ਇੱਥੇ ਫਿਜ਼ਿਕਸ ਟੀਚਰ ਹੈ ਬਿਜ਼ਨਸ ਸਟਡੀ ਦਾ ਟੀਚਰ ਹੈ ਉਹਦੇ ਇੱਥੇ ਸਾਈਨ ਹੋ ਕੇ ਉਹਦਾ ਨਾਮ ਆ ਜਾਣਾ ਹੈ ਧਿਆਨ ਰੱਖਿਓ ਇਸ ਗੱਲ ਨੂੰ ਇਹ ਮੈਂ ਫਿਜ਼ਿਕਸ ਨਾਲ ਰਿਲੇਟਡ ਇੱਕ ਐਗਜ਼ਾਮਪਲ ਕੋਟ ਕੀਤੀ ਹੈ ਆਪਾਂ ਬਿਜ਼ਨਸ ਸਟੱਡੀ ਦੀ ਕਿਵੇਂ ਐਗਜ਼ਾਮਪਲ ਇੱਥੇ ਮਾਰਕੀਟਿੰਗ ਦੇ ਵਿੱਚ ਕੀ ਕਰਦੇ ਹਾਂ ਤੁਹਾਡੇ ਸਾਹਮਣੇ ਥਿਸ ਇਜ਼ ਟੂ ਸਰਟੀਫਾਈਡ ਥੈਟ ਮਿਸ অর ਮਿਸਟਰ ਨੇਮ ਆਫ ਸਟੂਡੈਂਟ ਆ ਜਾਏਗਾ ਹੈਸ ਕੰਪਲੀਟਿਡ ਦਾ ਪ੍ਰੋਜੈਕਟ ਟਾਈਟਲ ਆਫ ਦਾ ਪ੍ਰੋਜੈਕਟ ਆ ਜਾਏਗਾ ਜਿਵੇਂ ਸਾਡਾ ਕੀ ਹੈ ਵਾਸ਼ਿੰਗ ਪਾਊਡਰ ਸਰਫ ਐਕਸਲ ਅੰਡਰ ਮਾਈ ਗਾਈਡੈਂਸ ਐਂਡ ਸੁਪਰਵੀਜ਼ਨ ਤੇ ਧਿਆਨ ਰੱਖਿਓ ਜਿਹੜੇ ਪ੍ਰੋਜੈਕਟ ਦੇ ਨਾਲ ਉਹਦਾ ਬੇਸ ਹੈ ਉਹ ਵੀ ਰੱਖਣਾ ਦਿਮਾਗ 'ਚ ਰੱਖਣਾ ਹੈ ਸੀ ਮਾਰਕੀਟਿੰਗ ਮੈਨੇਜਮੈਂਟ ਹੈ ਮੇਰੀ ਗਾਈਡੈਂਸ ਦੇ ਵਿੱਚ ਕੀਤਾ ਤੇ ਮੇਰੀ ਸੁਪਰਵਾਈਜ਼ ਮੇਰਾ ਮਤਲਬ ਹੈ ਟੀਚਰਸ ਦੇ ਵੱਲੋਂ ਸਰਟੀਫਿਕੇਟ ਹੈ ਜਿਹੜਾ ਸਟੂਡੈਂਟਸ ਨੂੰ ਦਿੱਤਾ ਜਾਏਗਾ ਇਸ ਸਰਟੀਫਿਕੇਟ ਨੂੰ ਨਾਲ ਵਿੱਚ ਅਟੈਚ ਕਰਨਾ ਹੈ ਫਾਈਲ ਦੇ ਵਿੱਚ ਪ੍ਰੋਜੈਕਟ ਫਾਈਲਸ ਹੀਰ ਸ਼ੀ ਟੂਕ ਕੀਨ ਇੰਟਰਸਟ ਇਨ ਕੰਪਲੀਟਿੰਗ ਥਿਸ ਪ੍ਰੋਜੈਕਟ ਐਂਡ ਵਰਕਡ ਵਿਦ ਸੈਂਸੇਰਿਟੀ ਇਟ ਇਜ਼ ਸਰਟੀਫਾਈਡ ਥੈਟ ਥਿਸ ਇਜ਼ ਦਾ origignal ਵਰਕ ਆਫ ਮਿਸ অর ਮਿਸਟਰ ਬੱਚੇ ਦਾ ਨਾਮ ਫੇਰ ਆ ਜਾਏਗਾ ਇੱਥੇ ਤੁਹਾਡੇ ਟੀਚਰ ਦੇ ਸਾਈਨ ਆ ਜਾਣਗੇ ਨੇਮ ਆ ਜਾਏਗਾ ਪਲੇਸ ਐਂਡ ਡੇਟ ਆ ਜਾਏਗੀ ਫਿਰ ਜਦੋਂ ਸੇਮ ਸਰਟੀਫਿਕੇਟ ਤੁਹਾਡੇ ਐਗਜ਼ਾਮੀਨਰ ਦੇ ਸਾਹਮਣੇ ਜਾਏਗਾ ਉਹਨਾਂ ਨੇ ਵੀ ਸਾਈਨ ਕਰ ਦੇਣਾ ਨੇਮ ਪਲੇਸ ਡੇਟ ਕਰਕੇ ਇਹਨੂੰ ਸਰਟੀਫਾਈਡ ਕਰ ਦੇਣਾ ਕਿ ਤੁਹਾਡੇ ਪ੍ਰੋਜੈਕਟ ਦੇ ਰਿਗਾਰਡਿੰਗ ਜਿਵੇਂ ਤੁਹਾਡੇ ਟੀਚਰ ਨੇ ਕਿਹਾ ਹੈ ਉਹਨੂੰ ਉਹ ਅੱਗੇ ਕੈਰੀ ਫਾਰਵਰਡ ਕਰਦਾ ਇਸ ਗੱਲ ਨੂੰ ਕਿ ਯੈਸ ਇਟਸ ਟਰੂ ਨੈਕਸਟ ਵਨ ਕੰਟੈਂਟ ਲਿਖਨੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੰਡੈਕਸ ਨੰਬਰ ਦੀ ਤਰ੍ਹਾਂ ਤੁਹਾਡੇ ਪ੍ਰੋਜੈਕਟ ਦੇ ਵਿੱਚ ਜਿੰਨੀ ਜਿੰਨੀ ਚੀਜ਼ਾਂ ਅਸੀਂ ਮੈਂਸ਼ਨ ਕਰਨੀਆਂ ਨੇ ਸੀਰੀਅਲ ਨੰਬਰ ਦੇ ਕੇ 1 2 3 ਤੁਹਾਡੀ ਪ੍ਰੋਜੈਕਟ ਨੋਟਬੁੱਕ ਦੇ ਉੱਤੇ ਜਿੰਨੇ ਪੇजेस ਹੋਣਗੇ ਪਹਿਲਾਂ ਉਹਨਾਂ ਦੀ ਪੇਜਿੰਗ ਕਰ ਲਓ ਜਿਹੜਾ ਕੰਟੈਂਟ ਜਿਸ ਪੇਜ ਦੇ ਉੱਤੇ ਆ ਉਹਦਾ ਪੇਜ ਨੰਬਰ ਇੱਥੇ ਆਣੇ ਇਹ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੰਡੈਕਸ ਨੰਬਰ ਕਿਵੇਂ ਤਿਆਰ ਕਰਦੇ ਹਾਂ ਜਿਵੇਂ ਸਾਡਾ ਵਾਸ਼ਿੰਗ ਪਾਊਡਰ ਦੇ ਨਾਲ ਰਿਲੇਟਡ ਸੀ ਪਹਿਲਾਂ ਅਕਨੋਲਜਮੈਂਟ ਆਏਗੀ ਕੀ ਹੁੰਦੀ ਆ ਉਹ ਮੈਂ ਦੱਸ ਦਿਆਂ ਤੁਹਾਨੂੰ ਇੰਟਰੋਡਕਸ਼ਨ ਆ ਜਾਏਗੀ ਪ੍ਰੋਡਕਟ ਦੀ ਮਾਰਕੀਟਿੰਗ ਮੈਨੇਜਮੈਂਟ ਹੁੰਦੀ ਕੀ ਹੈ ਕਿਉਂਕਿ ਉਸ ਬੇਸ ਦੇ ਉੱਤੇ ਅਸੀਂ ਆਪਣਾ ਪ੍ਰੋਡਕਟ ਪੇਸ਼ ਕਰ ਰਹੇ ਹਾਂ ਵਾਈ ਹੈਜ਼ ਪ੍ਰੋਡਕਟ ਹੈਜ਼ ਬੀਨ ਸਿਲੈਕਟਡ ਤੁਸੀਂ ਵਾਸ਼ਿੰਗ ਪਾਊਡਰ ਦਾ ਮੰਨ ਲਓ ਪ੍ਰੋਡਕਟ ਲਈ ਤਾਂ ਕਿਉਂ ਚੁਣਿਆ ਹੋ ਇਸ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਲਗਾਤਾਰ ਦਿਖਾਣੀ ਹੁੰਦੀ ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਆਂ ਉਹ ਸਾਰੇ ਦੇ ਸਾਰੇ ਹੈਡਿੰਗਸ ਹਰ ਪੇਜ ਦੇ ਇੱਥੇ ਆ ਜਾ ਰਹੇ ਨੇ ਤੇ ਕੰਪਲੀਟ ਇੰਡੈਕਸ ਤਿਆਰ ਕਰਦੇ ਜਿੰਨੇ ਨੰਬਰ ਆਫ ਪੇजेस ਹੋਏ ਨੂੰ ਉੰਨੇ ਸੀਰੀਅਲ ਤੱਕ ਅਸੀਂ ਲੈ ਜਾਾਂਗੇ ਤੇ ਲਾਸਟ ਦੇ ਵਿੱਚ ਸਾਡਾ ਜਿਹੜਾ ਟਾਪਿਕ ਹੋਏਗਾ ਉਹ ਹੈਗਾ ਕਨਕਲੂਜਨ ਦਾ ਜੋ ਵੀ ਪੇਜ ਨੰਬਰ ਹੈ ਉਹ ਅਸੀਂ ਇੱਥੇ ਮੈਂਸ਼ਨ ਕਰਦੇ ਜਾਵਾਂਗੇ ਸਾਰੇ ਸਟੂਡੈਂਟਸ ਨੂੰ ਪਤਾ ਹੈ ਇਸ ਲੈਵਲ ਦਾ ਕਿ ਇੰਡੈਕਸ ਕੀ ਮੇ ਬਾਤ ਇਕਨੋਲਜਮੈਂਟ ਕੀ ਹੁੰਦੀ ਹੈ ਇਹਦੇ ਵਿੱਚ ਜੋ ਸਟੂਡੈਂਟ ਹੈ ਐਕਸਪ੍ਰੈਸ ਕਰਦਾ ਹੈ ਕਿ ਉਹਦੇ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ ਕਿਹਦੀ ਕਿਹਦੀ ਉਹਨੇ ਹੈਲਪ ਲਈ ਉਹਨਾਂ ਸਾਰਿਆਂ ਦਾ ਉਹ థాంਕਫੁਲ ਹੁੰਦਾ ਜਿਵੇਂ ਇੱਥੇ ਹੈ ਧਿਆਨ ਨਾਲ ਪੜੋ ਆਈ ਵੁੱਡ ਲਾਈਕ ਟੂ ਐਕਸਪ੍ਰੈਸ ਮਾਈ ਸਪੈਸ਼ਲ ਥੈਂਕਸ ਆਫ ਗ੍ਰੈਟੀਟਿਊਡ ਟੂ ਮਾਈ ਟੀਚਰ ਮਿਸ অর ਮਿਸਟਰ অর ਮਿਸਿਸ Who gave me the golden opportunity to do, do this golden opportunity to do this wonderful project of business studies 골ਡਨ ਅਪਰਚੁਨਿਟੀ ਦੋ ਵਾਰੀ ਇੱਥੇ ਹੋ ਚੁੱਕਿਆ ਇੱਕ ਵਾਰੀ ਲਿਖਣਾ relates to marketing management product of daily use at home specifically washing powder ਨਾਲ ਅਸੀਂ ਇਥੇ ਸਰਫ ਐਕਸਲ ਮੈਂਸ਼ਨ ਕਰ ਸਕਦੇ ਜਿਵੇਂ ਇਥੇ ਬੱਚੇ ਦਾ ਨਾਮ ਆ ਜਾਏਗਾ ਤੁਹਾਡਾ ਨਾਮ ਤੇ ਤੁਸੀਂ ਵਾਸ਼ਿੰਗ ਪਾਊਡਰ ਦਾ ਮਾਰਕੀਟਿੰਗ ਮੈਨੇਜਮੈਂਟ ਦਾ ਬੇਸਿਕ ਇੱਕ ਇਹ ਕੰਟੈਂਟ ਲੈ ਕੇ ਉਹਦੇ ਤੇ ਪ੍ਰੋਜੈਕਟ ਡਿਵੈਲਪ ਕਰ ਰਹੇ ਹੋ ਆਈ ਊਡ ਆਲਸੋ ਲਾਈਕ ਟੂ ਥੈਂਕ ਦਾ ਪ੍ਰਿੰਸੀਪਲ ਆਫ ਮਾਈ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਤੁਸੀਂ ਪ੍ਰਿੰਸੀਪਲ ਦਾ ਨਾਮ ਆ ਜਾਏਗਾ ਜਿਹੜੇ ਵੀ ਪ੍ਰਿੰਸੀਪਲ ਨੇ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਹੋ ਆਈ ਆਲਸੋ ਥੈਂਕਫੁਲ ਟੂ ਦਾ ਨੇਮ ਆਫ ਦਾ ਬਿਜ਼ਨਸ ਸਟੋਰ অর ਇੰਸਟੀਟਿਊਸ਼ਨ ਜੇਕਰ ਤੁਸੀਂ ਆਪਣੇ ਪ੍ਰੋਜੈਕਟ ਦੇ ਦੌਰਾਨ ਕੋਈ ਰਿਸਰਚ ਕਰਨ ਲਈ ਕਿਸੇ ਬਿਜ਼ਨਸ ਇੰਸਟੀਟਿਊਸ਼ਨ ਨੂੰ ਵਿਜ਼ਿਟ ਕੀਤਾ ਹੈ ਤੁਸੀਂ ਉਹਦੇ ਵੀ ਥੈਂਕਫੁਲ ਕਰ ਦੇਣਾ ਹੂ ਪ੍ਰੋਵਾਈਡਡ ਮੀ ਦਾ ਵਾਈਟਲ ਇਨਫੋਰਮੇਸ਼ਨ ਅਬਾਊਟ ਡਿਫਰੈਂਟ ਬ੍ਰਾਂਡਸ ਆਫ ਪ੍ਰੋਡਕਟ ਸਪੈਸ਼ਲੀ ਅਬਾਊਟ ਸਰਫੈਕਸਲ ਮੈਂ ਦੱਸ ਰਿਹਾ ਸਾਡਾ ਪ੍ਰੋਜੈਕਟ ਸਰਫੈਕਸਲ ਨਾਲ ਰਿਲੇਟਡ ਹੈ ਤਾਂ ਅਸੀਂ ਦੱਸਦਾ ਕਿ ਜਿਸ ਜਗ੍ਹਾ ਤੇ ਅਸੀਂ ਵਿਜ਼ਿਟ ਕਰਕੇ ਸਰਫੈਕਸਲ ਦੇ ਬਾਰੇ ਇਨਫੋਰਮੇਸ਼ਨ ਕਲੈਕਟ ਕੀਤੀ ਸੀ ਡਿਟੇਲ ਦੇ ਵਿੱਚ ਉਸ ਬਿਜ਼ਨਸ ਹਾਊਸ ਦਾ ਨਾਮ ਆ ਸਕਦਾ ਹੈ ਆਈ ਆਲਸੋ ਕਲੈਕਟਡ ਇਨਫੋਰਮੇਸ਼ਨ ਫਰੋਮ ਦਾ ਇੰਟਰਨੈਟ ਐਂਡ ਆਲਸੋ ਟੁ that is why i have completed my project within the limited frame mai apne students jade mere naal de saathi students ne friends ne mere ohna di bhi help li hai internet di bhi help li hai ya kise hor di help li di hundiyan tusi oh bhi ithe mention kar sakde ho niche tade signature aa jange name aayega present date toda place ki hai toda school da naam clear students acknowledgement da performa eh bhi hai tusi janga janga te search karde ho ta different type de format dekhdene main asi students de bolon ik ਥੈਂਕਸ ਪੇਸ਼ ਕਰਨਾ ਹੈ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਉਹਨੂੰ ਉਸਨੂੰ ਅਵਲਾਈਜ਼ ਕੀਤਾ ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਦੇ ਕੇ ਉਹਨੂੰ ਗਾਈਡ ਕਰਕੇ ਇਸ ਪ੍ਰੋਜੈਕਟ ਨੂੰ ਡਿਵੈਲਪ ਕਰਨ ਦੇ ਵਿੱਚ। ਇਹ ਵੀ ਇੱਕ ਐਕਨੋਲਜਮੈਂਟਿਕ ਹੋਰ ਹੈ ਜਿਵੇਂ ਕਾਲਗਟ ਪਾਮੋਲੀਵ ਲਿਮਟਿਡ ਦੇ ਉੱਤੇ ਕਿਸ ਨੇ ਬਣਾਇਆ ਹੋਣਾ। ਉਹ ਆਪਣੇ ਪ੍ਰੋਫੈਸਰਸ ਆਪਣੇ ਸਟੂਡੈਂਟਸ ਜਿਹੜੇ ਨਾਲ ਫਰੈਂਡਸ ਨੇ ਉਹਨਾਂ ਦੀ ਥੈਂਕ ਕਰਦਾ ਹੈ। ਥੈਂਕਸ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਜਿਹੜੀ ਐਕਨੋਲਜਮੈਂਟ ਹੁੰਦੀ ਹੈ ਜਿਸ ਦੇ ਵਿੱਚ ਸਟੂਡੈਂਟਸ ਨੇ ਇਹ ਆਪਣੇ ਵੱਲੋਂ ਦੇਣੀ ਹੈ। ਆਓ ਹੁਣ ਆਪਾਂ ਪ੍ਰੋਜੈਕਟ ਦੇ ਵਿੱਚ ਵਧੀਏ ਇੰਟਰੋਡਕਸ਼ਨ ਇੰਟਰੋਡਕਸ਼ਨ ਦਾ ਮਤਲਬ ਹੈ ਤੁਸੀਂ ਅੱਜ ਜੋ ਪੇਸ਼ ਕਰਨ ਜਾ ਰਹੇ ਹੋ ਉਹਦੇ ਬਾਰੇ ਡਿਟੇਲ ਦੇ ਵਿੱਚ ਇੱਕ ਬਰੀਫ ਮੈਂ ਬਾਰ ਵਾਰ ਕਹਿੰਦਾ ਡਿਟੇਲ ਦੇ ਵਿੱਚ ਇੱਕ ਬਰੀਫ ਯਸ ਮੈਕਸਿਮਮ ਦੇ 10 ਕੀ ਅਸੀਂ ਬਟ ਕਟ ਤੋਂ ਕਟ ਸ਼ਬਦਾਂ ਦੀ ਵਰਤੋਂ ਕਰਕੇ ਲਗਭਗ ਇੱਕ ਪੇਜ ਦੀ ਇੰਟਰੋਡਕਸ਼ਨ ਦੇਣੀ ਹੈ ਵਾਟ ਇਜ਼ ਮਾਰਕੀਟ ਮੈਨੇਜਮੈਂਟ ਅਸੀਂ ਉਸ ਯੂਨਿਟ ਦੇ ਬਾਰੇ ਅਸੀਂ ਉਸ ਯੂਨਿਟ ਦੇ ਬਾਰੇ ਵੀ ਦੱਸਣਾ ਹੈ ਜਿਸ ਯੂਨਿਟ ਦੇ ਵਿੱਚੋਂ ਅਸੀਂ ਪ੍ਰੋਜੈਕਟ ਸਿਲੈਕਟ ਕੀਤਾ ਹੈ ਅਸੀਂ ਸਿਲੈਕਟ ਕੀਤਾ ਸੀ ਮਾਰਕੀਟਿੰਗ ਮੈਨੇਜਮੈਂਟ ਚੋਂ ਤਾਂ ਇੱਥੇ ਬਰੀਫਲੀ ਇੱਕ ਪੇਜ ਦੇ ਕਰੀਬ ਅਸੀਂ ਮਾਰਕੀਟਿੰਗ ਮੈਨੇਜਮੈਂਟ ਦੇ ਬਾਰੇ ਲਿਖਾਂਗੇ ਨੈਕਸਟ ਦਾ ਪ੍ਰੋਡਕਟ ਯੂ ਹੈਵ ਸਿਲੈਕਟਡ ਤੁਸੀਂ ਜਿਹੜਾ ਪ੍ਰੋਡਕਟ ਸਿਲੈਕਟ ਕੀਤਾ ਉਹਦੇ ਬਾਰੇ ਕਿ ਮੈਂ ਇਹ ਪ੍ਰੋਡਕਟ ਸਿਲੈਕਟ ਕੀਤਾ ਸਰਫ ਐਕਸਲ ਹੈ ਤਾਂ ਸਰਫ ਐਕਸਲ ਦੇ ਬਾਰੇ ਦੱਸਿਆ ਜਾ ਸਕਦਾ ਹੈ why has this product has been selected ਤੁਸੀਂ ਇਹ ਪ੍ਰੋਜੈਕਟ ਜਿਹੜਾ ਪ੍ਰੋਡਕਟ ਹੈ ਕਿਉਂ ਸਿਲੈਕਟ ਕੀਤਾ ਹੈ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਜਿਹੜਾ ਸਰਫ ਐਕਸਲ ਹੈ ਇੱਕ ਵਾਸ਼ਿੰਗ ਪਾਊਡਰ ਹੈ ਜੋ ਹਿੰਦੁਸਤਾਨ ਯੂਨੀਲੇਵਰ ਲਿਮਿਟਿਡ ਦੁਆਰਾ ਤਿਆਰ ਕੀਤਾ ਜਾਂਦਾ ਹੈ 60 ਸਾਲ ਪਹਿਲਾਂ ਇਹ ਲਾਂਚ ਕੀਤਾ ਗਿਆ ਸੀ ਜਿਵੇਂ ਕਿ ਇਨਫੋਰਮੇਸ਼ਨ ਸਾਨੂੰ ਮਿਲ ਸਕਦੀ ਹੈ ਇਸ ਦੇ ਬਾਰੇ ਇਸ ਤੋਂ ਇਲਾਵਾ ਇੱਕ ਬ੍ਰਾਂਡ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਜਗ੍ਹਾ ਬਣਾ ਚੁੱਕਾ ਹੈ ਸਿਗਨੀਫੀਕੈਂਟ ਮਾਰਕੀਟ ਸ਼ੇਅਰ ਹੈ ਇਹਦਾ ਲਗਭਗ واਸ਼ਿੰਗ ਪਾਊਡਰ ਦੇ ਬ੍ਰਾਂਡਸ ਦੇ ਵਿੱਚ ਲਗਭਗ 18% ਇਹਦਾ ਸ਼ੇਅਰ ਹੈ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਇਅਰ ਦੇ ਵਿੱਚ ਗਰੋਥ ਐਨੂਅਲ ਜਿਹੜੀ ਇਹਦੀ ਸੇਲ ਹੈ 2018-19 ਦੇ ਵਿੱਚ 5375 ਕਰੋੜ ਹੈ ਯੂ ਕੈਨ ਗੈਟ ਦਾ ਇਨਫੋਰਮੇਸ਼ਨ ਤੁਸੀਂ ਇਹ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਦਾ ਸੋਰਸ ਲਿਖ ਸਕਦੇ ਹੋ ਕਿੱਥੋਂ ਮਿਲੀ ਸਰਫ ਐਕਸਲ ਜਿਹੜਾ ਆਪਣੇ ਆਪ ਦੇ ਵਿੱਚ ਟੋਟਲ ਐਨੂਅਲ ਸੇਲ ਜੋ ਇਸ ਕੰਪਨੀ ਦੀ ਹੁੰਦੀ ਹੈ ਉਹਦਾ 45% ਹਿੰਦੁਸਤਾਨ ਯੂਨੀਲੇਵਰ ਲਿਮਟਿਡ ਦਾ 45% ਸਿਰਫ ਸਰਫ ਐਕਸਲ ਦੇ ਜੋ ਦਾ ਪ੍ਰੋਡਕਟ ਹੈ ਉਹਦੇ ਵਿੱਚੋਂ ਇਹਨੂੰ ਮਿਲਦਾ ਹੈ ਇਸ ਤੰਗ ਦੀ ਇਨਫੋਰਮੇਸ਼ਨ ਤੁਸੀਂ ਦੱਸਨੀ ਹੈ that is why because this all information is so much important ਇਸ ਨੂੰ ਦੇਖਦੇ ਹੋਏ ਮੈਂ ਡਿਸਾਈਡ ਕੀਤਾ ਕਿ ਮੈਂ ਇਹ ਪ੍ਰੋਡਕਟ ਚੁਣਿਆ which is very important for our daily use for washing purpose ਨੇਮ ਆਫ ਦਾ ਪ੍ਰੋਡਕਟ ਐਂਡ several ਵਰੀਐਂਟ ਅਵੇਲੇਨਡਾ ਮਾਰਕੀਟ ਇਸ ਤੋਂ ਇਲਾਵਾ ਸੀ ਦੱਸਣਾ ਕਿ ਮਾਰਕੀਟਸ ਇਸ ਇਸ ਟਾਈਪ ਦੇ ਵਾਸ਼ਿੰਗ ਪਾਊਡਰ ਦੇ ਹੋਰ ਕਿਹੜੀ-ਕਿਹੜੀ ਚੀਜ਼ਾਂ ਇਹ ਜਿਹੜੀਆਂ ਸਰਫ ਐਕਸਲ ਬਣਾਉਂਦਾ ਹੈ ਹੋਰ ਵਰੀਏਸ਼ਨਸ ਕੀ-ਕੀ ਨੇ ਇਹਦੀ ਅਵੇਲੇਬਿਲਟੀ ਦੇ ਵਿੱਚ ਸਰਫ ਐਕਸਲ ਮੈਟਿਕ ਹੋ ਸਕਦਾ ਹੈ ਸਰਫ ਐਕਸਲ ਹੋ ਸਕਦਾ ਹੈ ਲਿਕਵਿਡ ਹੋ ਸਕਦਾ ਹੈ ਡਿਫਰੈਂਟ ਟਾਈਪ ਦੇ ਨੇ ਸਰਫ ਐਕਸਲ ਜਿਵੇਂ ਡਿਫਰੈਂਟ ਟਾਈਪ ਦੇ ਨਾਮ ਦਿੱਤੇ ਹੋਏ ਨੇ ਇਹਦੇ ਵਿੱਚ ਤੁਸੀਂ ਦੇਖੋ ਪ੍ਰੋਡਕਟ ਰੇਂਜ ਕੀ-ਕੀ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਸਰਫ ਐਕਸਲ ਦੇ ਵੱਲੋਂ ਸਰਫ ਐਕਸਲ ਡਿਟਰਜੈਂਟ ਵਾਰ ਹੈ ਸਰਫ ਐਕਸਲ ਬਲੂ ਹੈ ਸਰਫ ਐਕਸਲ ਅਲਟਰਾ ਹੈ ਸਰਫ ਐਕਸਲ ਕੁਇਕ ਵਾਸ਼ ਹੈ ਐਕਸਲ ਆਟੋਮੈਟਿਕ ਹੈ ਮੈਟਿਕਲ ਲਿਕਵਿਡ ਹੈ ਇਸ ਤਰ੍ਹਾਂ ਦੇ ਨਾਲ ਮੈਂ ਸਟੂਡੈਂਟਸ ਧਿਆਨ ਰੱਖੋ ਮੈਂ ਸਰਫ ਐਕਸਲ ਦੀ ਗੱਲ ਕਰ ਰਿਹਾ ਹਾਂ ਤੁਸੀਂ ਜੇ ਮੋਬਾਈਲ 'ਚ ਹੁੰਦੇ ਹੋ ਤਾਂ ਮੋਬਾਈਲ ਬਾਰੇ ਵੀ ਐਵੇਂ ਪ੍ਰੋਜੈਕਟ ਡਵੈਲਪ ਕਰਨਾ ਹੈ ਜੇਕਰ ਤੁਸੀਂ LED 'ਚ ਹੁੰਦੇ ਹੋ ਤਾਂ LED ਬਾਰੇ ਐਵੇਂ ਸਿਲੈਕਟ ਕਰਨਾ ਹੈ ਚੀਜ਼ਾਂ ਨੂੰ ਡਿਸਪਲੇ ਕਰਨਾ ਨਾਲ ਫੋਟੋ ਜੰਗਾ ਜੰਗਾ ਤੇ ਪਿਕਚਰਸ ਵੀ ਡਿਸਪਲੇ ਕਰਨੀਆਂ ਨੇ ਜੋ ਖਾਲਸ ਇਹ ਖਾਲੀ ਪੇਜ ਹੁੰਦਾ ਉਸ ਤੇ ਇਹਨਾਂ ਨੂੰ ਡਿਸਪਲੇ ਕਰਾਂਗੇ ਅਸੀਂ ਪਿਕਚਰਸ ਨੂੰ ਤਾਂ ਕਿ ਪ੍ਰੋਜੈਕਟ ਬਿਊਟੀਫੁਲੀ ਡੈਕੋਰੇਟਡ ਬਣ ਜਾਈਏ ਕਿ ਇੰਪ੍ਰੈਸਿਵ ਪ੍ਰੋਜੈਕਟ ਬਣ ਸਕੇ ਇਹਦੇ ਬਾਰੇ ਅਸੀਂ ਡਿਟੇਲਡ ਇਨਫੋਰਮੇਸ਼ਨ ਲਿਖਾਂਗੇ ਕਿ ਕਿਹੜੇ-ਕਿਹੜੇ ਪ੍ਰੋਡਕਟ ਹੋਰ ਜਿਹੜੀ ਇਹ ਜਿਹੜੀ ਹਿੰਦੁਸਤਾਨ ਯੂਨੀਲੇਵਰ ਲਿਮਟਿਡ ਸਿਰਫ ਐਕਸਲ ਦੇ ਨਾਲ ਰਿਲੇਟਡ ਪ੍ਰੋਜੈਕਟ ਬਣਾਉਂਦੀ ਹੈ ਇਸ ਤੋਂ ਇਲਾਵਾ ਬ੍ਰਾਂਡਸ ਇਨ ਕੰਪੀਟੀਸ਼ਨ ਇਨ ਮਾਰਕੀਟ ਵਿਦ ਸਰਫ ਐਕਸਲ ਸਰਫ ਐਕਸਲ ਦੇ ਨਾਲ ਵਾਸ਼ਿੰਗ ਪਾਊਡਰ ਦੇ ਨਾਲ ਕੰਪੀਟੀਸ਼ਨ ਕਿੰਨਾ ਕਿੰਨਾ ਦਾ ਹੈ ਜਿਵੇਂ ਟਾਈਡ ਹੈ ਹੈਂਕੋ ਹੈ ਠੀਕ ਹੈ ਏਰੀਅਲ ਹੈ ਫੈਨਾ ਹੈ ਇਹ ਡਿਫਰੈਂਟ ਟਾਈਪ ਦੇ ਨਿਰਮਾ ਹੈ ਘੜੀ ਹੈ ਇਹ ਸਾਰੇ ਦੇ ਸਾਰੇ ਡਿਫਰੈਂਟ ਬ੍ਰਾਂਡਸ ਨੇ ਘਟ ਘਟ ਪੰਜ ਬ੍ਰਾਂਡ ਦੇ ਨਾਮ ਲਿਖਨੇ ਜ਼ਰੂਰੀ ਨੇ ਜੋ ਮਾਰਕੀਟ ਦੇ ਵਿੱਚ ਵਾਸ਼ਿੰਗ ਪਾਊਡਰ ਦੇ ਨਾਲ ਕੰਪੀਟੀਸ਼ਨ ਨੇ ਸਰਫ ਐਕਸਲ ਦੇ ਉਹਨਾਂ ਦੇ ਬਾਰੇ ਬਰੀਫ ਦੇ ਵਿੱਚ ਲਿਖਣਾ ਤੇ ਦੱਸਣਾ ਕਿਹੜੇ ਕਿਹੜੇ ਨੇ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਚ ਬ੍ਰਾਂਡ ਸਟਰੈਟਜੀ ਆਫ ਸਰਫਐਕਸਲ ਸਰਫਐਕਸਲ ਦੀ ਬ੍ਰਾਂਡ ਸਟਰੈਟਜੀ ਕੀ ਹੈ ਜਿਹਦੇ ਨਾਲ ਆਪਣੇ ਬ੍ਰਾਂਡ ਨੂੰ ਫੇਮ ਬਣਾਉਂਦਾ ਹੈ ਇੰਡੀਵਿਜੂਅਲ ਬ੍ਰਾਂਡ ਹੈ ਇਹ ਇੰਡੀਵਿਜੂਅਲ ਬ੍ਰਾਂਡ ਮਤਲਬ ਪਰਸਨ ਟੂ ਪਰਸਨ ਇਹਦੀ ਪਹੁੰਚ ਹੁੰਦੀ ਹੈ ਸਪੈਸੀਫਿਕੇਸ਼ਨ ਦੱਸਣੀਆਂ ਨੇ ਇਹਦੇ ਬਾਰੇ ਇਸ ਤੋਂ ਇਲਾਵਾ ਹਿੰਦੂਸਤਾਨ ਲੀਵਰ ਜੋ ਜੋ ਹਿੰਦੂਸਤਾਨ ਯੂਨੀਲੀਵਰ ਲਿਮਿਟਿਡ ਕੰਪਨੀ ਹੈ ਦੀ ਸਰਫਐਕਸਲ ਦੀ ਉਹਨੇ ਕੀ ਕੀ ਖਾਸ ਸਪੈਸੀਫਿਕੇਸ਼ਨਸ ਨੇ ਜੋ ਸਰਫਐਕਸਲ ਦੇ ਵਿੱਚ ਨੇ ਉਹਦੇ ਬਾਰੇ ਗੱਲ ਕਰਾਂਗੇ ਲੋਗੋ ਐਂਡ ਟੈਗ ਲਾਈਨ ਆਫ ਦਾ ਪ੍ਰੋਡਕਟ ਪ੍ਰੋਡਕਟ ਦਾ ਲੋਗੋ ਕੀ ਹੈ ਹਰ ਪ੍ਰੋਡਕਟ ਦਾ ਇੱਕ ਲੋਗੋ ਹੁੰਦਾ ਹੈ ਚਿੰਨ ਬਣਿਆ ਹੋਇਆ ਹੁੰਦਾ ਹੈ ਇਹਦਾ ਵੀ ਹੈ ਉਹਦੇ ਬਾਰੇ ਵੀ ਮੈਂ ਗੱਲ ਕਰਦਾ ਹੈ ਟੈਗ ਲਾਈਨ ਹੁੰਦੀ ਹੈ ਜਿਵੇਂ ਕਈ ਵਾਰ ਪੈਨ ਦੀ ਟੈਗ ਲਾਈਨ ਹੁੰਦੀ ਹੈ ਲਿਖਤੇ ਲਿਖਤੇ ਲਵ ਹੋ ਜਾਏ ਇਸੇ ਤਰ੍ਹਾਂ ਜੋ ਸਰਫ ਐਕਸਲ ਹੈ ਦਾਗ ਅੱਛੇ ਹੈ ਇੱਕ ਟੈਗ ਲਾਈਨ ਹੈ ਪ੍ਰੋਡਕਟ ਦੀ ਅਸੀਂ ਦੱਸਨੇ ਇਹਦੀ ਟੈਗ ਲਾਈਨ ਦੇ ਬਾਰੇ ਲਿਖਣਾ ਹੈ ਫੋਟੋ ਵੀ ਡਿਸਪਲੇ ਕਰ ਦੇਣੀ ਹੈ ਨਾਲ ਉਹਦੀ ਫੀਚਰਸ ਆਫ ਸਰਫੈਕਸਲ ਸਰਫੈਕਸਲ ਦੀਆਂ ਫੀਚਰਸ ਕੀ ਨੇ ਬੈਨੀਫਿਟਸ ਕੀ ਨੇ ਦੇਖੋ ਧਿਆਨ ਨਾਲ ਹਰ ਚੀਜ਼ ਦੇ 2 2 3 3 ਪੇਜ ਬਣਦੇ ਹੋਏ ਕਿੰਨਾ ਚੀਜ਼ਾਂ ਤਿਆਰ ਹੋ ਜਾਣੀਆਂ ਬੈਨੀਫਿਟਸ ਕੀ ਨੇ ਡੀਮੈਰਿਟਸ ਕੀ ਨੇ ਕਮੀਆਂ ਕੀ ਕੀ ਨੇ ਵੀ ਕੈਮੀਕਲ ਬੇਸਡ ਹੈ ਨੁਕਸਾਨ ਕਰ ਸਕਦਾ ਹੈ ਇਸ ਬਾਰੇ ਦੱਸਣਾ ਆ ਲੋਗੋ ਤੇ ਟੈਗ ਲਾਈਨ ਦੀ ਮੈਂ ਗੱਲ ਕਰ ਰਹੀ ਸੀ ਇਹ ਲੋਗੋ ਹੈ ਸਰਫੈਕਸਲ ਦਾ ਜੇ ਤੁਸੀਂ ਮੋਬਾਈਲ ਦਾ ਅਧਾਰ ਰਹੇ ਹੋ ਤਾਂ ਮੋਬਾਈਲ ਦਾ ਦਿਖਾਓਗੇ ਜੇ ਕਿਸੇ ਚਾਕਲੇਟ ਦਾ ਦਿਖਾ ਰਹੇ ਹੋ ਤਾਂ ਚਾਕਲੇਟ ਦਾ ਪ੍ਰੋਜੈਕਟ ਦੇ ਵਿੱਚ ਦਿਖਾਓਗੇ ਉਹਦਾ ਲੋਗੋ ਕੀ ਹੈ ਦਾਗ ਅੱਛੇ ਹੈ ਟੈਗ ਲਾਈਨ ਹੋਗੀ ਉਹਨਾਂ ਦੀ ਜਿਹੜੀ ਆਮ ਤੌਰ ਤੇ ਇਹਦੇ ਵਿੱਚ ਯੂਜ਼ ਹੁੰਦੀ ਆ ਹਰ ਐਡਵਰਟਾਈਜ਼ਮੈਂਟ ਇਸ ਤੋਂ ਬਾਅਦ ਯੂਐਸਪੀ ਜਿਹਨੂੰ ਯੂਨੀਕ ਸੇਲਿੰਗ ਪ੍ਰੋਪੋਜੀਸ਼ਨ ਆਫ ਸਰਫੈਕਸਲ ਕਹਿੰਦੇ ਨੇ ਇੱਕ ਵੇਚਣ ਦੀ ਪੇਸ਼ਕਸ਼ ਕਿਵੇਂ ਕੀਤੀ ਜਾਂਦੀ ਆ ਸਰਫੈਕਸਲ ਦੇ ਵੱਲੋਂ ਇੱਕ ਖਾਸ ਟਰੰਗ ਯੂਜ਼ ਕੀਤਾ ਜਾਂਦਾ ਜਿਹਦੇ ਨਾਲ ਪ੍ਰੋਡਕਟ ਮਾਰਕੀਟ ਦੇ ਵਿੱਚ ਵਿਕਦਾ ਇਸ ਤੋਂ ਇਲਾਵਾ ਜਿਹੜੀ ਆਊਟਸਟੈਂਡਿੰਗ ਐਬਿਲਿਟੀ ਕੀ ਆ ਇਹਦੇ ਵਿੱਚ ਕਿਉਂਕਿ ਇਹਨੂੰ ਕੱਪੜੇ ਧੋਣ ਲਈ ਯੂਜ਼ ਕਰਨਾ ਹੈ ਕਿਰਕਸ ਟਾਈਪ ਦੇ ਦਾਗ ਇਹ ਰਿਮੂਵ ਕਰ ਦਿੰਦਾ ਚਾਹੇ ਪੀਕਲਜ਼ ਸਟੇਨਸ ਨੇ ਟਰਮਿਕ ਨੇ ਇਸ ਤੋਂ ਇਲਾਵਾ ਕਲਰ ਸਟੇਨਸ ਨੇ ਜਿੰਨੇ ਵੀ ਟਾਈਪ ਦੇ ਦਾਗ ਨੇ ਉਹ ਅਸੀਂ ਦਿਖਾਣਾ ਹੈ ਕਿ ਵਿਲੱਖਣਤਾ ਕੀ ਹੈ ਬਾਕੀਆਂ ਦੇ ਨਾਲੋਂ ਸੋਸ਼ਲ ਮੈਸੇਜ ਫਰੋਂ ਦਾ ਲੈਵਲ ਆਫ ਸਰਫੈਕਸਲ ਕਿਸੇ ਵੀ ਜਿਸ ਬ੍ਰਾਂਡ ਦੀ ਗੱਲ ਕਰ ਰਹੇ ਹਾਂ ਉਹਦਾ ਸੋਸ਼ਲ ਮੈਸੇਜ ਕੀ ਹੈ ਜਿਵੇਂ ਸਰਫੈਕਸਲ ਨੂੰ ਦੇਖੋ ਤੁਸੀਂ ਬਾਰ ਬਾਰ ਜਦੋਂ ਤਿਉਹਾਰ ਆਉਂਦੇ ਨੇ ਲੋਕਾਂ ਨਾਲ ਅਟੈਚ ਕਰਦੇ ਨੇ ਸੋਸ਼ਲੀ ਰਮਜ਼ਾਨ ਆਉਂਦਾ ਤਾਂ ਲਿਖਿਆ ਹੋਇਆ ਹੁੰਦਾ ਸਰਫੈਕਸਲ ਦੇ ਪੈਕੇਟਸ ਦੇ ਉੱਤੇ ਇਸ ਤਰ੍ਹਾਂ ਆਵਾ ਐਡਰਟਾਈਜ਼ਮੈਂਟ ਦੇ ਵਿੱਚ ਰਮਜ਼ਾਨ ਮੁਬਾਰਕ ਰੰਗੋ ਕੇ ਦਾਗ ਅੱਛੇ ਹੈ ਹੋਲੀ ਵਾਲੇ ਦਿਨਾਂ ਚ ਇਹੋ ਜਿਹਾ ਕੁਝ ਪੇਸ਼ ਕਰਦੇ ਨੇ ਇਹ ਸੋਸ਼ਲ ਮੈਸੇਜ ਹੈ ਪ੍ਰੋਮੋਸ਼ਨ ਪਲਾਨ ਫੋਰ ਸਰਫੈਕਸਲ ਸਰਫੈਕਸਲ ਨੂੰ ਪ੍ਰਮੋਟ ਕਰਨਾ ਹੈ ਤਾਂ ਉਹਦਾ ਪ੍ਰੋਮੋਸ਼ਨ ਪਲਾਨ ਕੀ ਹੈ ਇਨ ਫਿਊਚਰ ਕਿਥੇ ਅੱਗੇ ਤੱਕ ਜਾਣਾ ਹੈ ਨੰਬਰ ਆਫ ਵਾਸ਼ਿੰਗ ਪਾਊਡਰ ਜਿਹੜੇ ਯੂਨਿਟਸ ਨੇ ਕਿੰਨੀਆਂ ਕਰਨੇ ਆਉਣ ਵਾਲੇ ਸਮੇਂ ਚ ਕਿੰਨੀ ਪ੍ਰੋਗਰੈਸ ਕਰਨੀ ਹੈ ਇਹਦੇ ਬਾਰੇ ਦੱਸਣਾ ਹੈ ਸਰਫੈਕਸਲ ਦੀ ਕੀ ਹੈ ਕਿਸ ਟਾਈਪ ਦੇ ਪੈਕੇਜ ਯੂਜ਼ ਕੀਤੇ ਜਾਂਦੇ ਨੇ ਇਹ ਸਿਰਫ ਐਕਸਲ ਨੂੰ ਇੰਪ੍ਰੈਸਿਵ ਬਣਾਉਣ ਦੇ ਲਈ ਸੇਫ ਬਣਾਉਣ ਦੇ ਲਈ ਪਲਾਸਟਿਕ ਬੋਟਲਸ ਯੂਜ਼ ਹੋ ਰਹੀਆਂ ਨੇ ਸ਼ੈਸ਼ੇ ਯੂਜ਼ ਹੁੰਦੇ ਨੇ ਇਹਦੇ ਬਾਰੇ ਦੱਸਣਾ ਤੇ ਲਾਸਟ ਦੇ ਵਿੱਚ ਕਨਕਲੂਜਨ ਦੱਸਣਾ ਕਿ ਅੱਜ ਦੇ ਪ੍ਰੋਜੈਕਟ ਦੇ ਬਾਰੇ ਕਨਕਲੂਜਨ ਕੀ ਹੈ ਸਰਫੈਕਸ ਇੱਕ ਲੀਡਿੰਗ ਬ੍ਰਾਂਡ ਹੈ ਡਿਟਰਜੈਂਟਸ ਦੇ ਵਿੱਚ ਇੰਡੀਅਨ ਮਾਰਕੀਟ ਦੇ ਵਿੱਚ ਬੜਾ ਸਟੇਟਸ ਹੈ ਇਫੈਕਟਿਵ ਸਟ੍ਰੈਟਜੀ ਹੈ ਬ੍ਰਾਂਡਿੰਗ ਹੈ ਲੇਬਲਿੰਗ ਹੈ ਪੈਕੇਜਿੰਗ ਇਹਦੀ ਬੈਸਟ ਹੈ ਇਹਦੀਆਂ ਫੀਚਰਸ ਬਹੁਤ ਵਧੀਆ ਨੇ ਇਸ ਤੋਂ ਇਲਾਵਾ ਇਹ ਸਕਿਨ ਨੂੰ ਖਰਾਬ ਨਹੀਂ ਕਰਦਾ ਸਰਫੈਕਸ ਇਸ ਵਨ ਆਫ ਦਾ ਬੈਸਟ ਵਾਸ਼ਿੰਗ ਪਾਊਡਰ ਹੈ ਇਸ ਢੰਗ ਦੇ ਨਾਲ ਤੁਸੀਂ ਕਨਕਲੂਡ ਕਰਨਾ ਹੈ ਅਪੈਂਡਿਕਸ ਮੀਨਜ਼ ਜੇ ਤੁਸੀਂ ਕੋਈ ਕਨਸੈਪਟ ਕਿਸੇ ਜਗ੍ਹਾ ਤੋਂ ਦਾ ਡਾਟਾ ਪਿਕ ਕੀਤਾ ਤਾਂ ਅਸੀਂ ਉਹਦੇ ਵਿੱਚ ਦੱਸਣਾ ਕਿ ਉਹ ਸੋਰਸਿਸ ਕਿਹੜੇ-ਕਿਹੜੇ ਨੇ ਉਹ ਆਪਾਂ ਲਿਸਟ ਬਣਾ ਸਕਦੇ ਹਾਂ ਵੈਟ ਦਾ ਵੈਰੀਐਂਟ ਜੇਕਰ ਡਾਟਾ ਸਾਨੂੰ ਕਿਸੇ ਤੋਂ ਲਿੱਤਾ ਹੈ ਤਾਂ ਉਹ ਸੋਰਸ ਦਾ ਨਾਮ ਲਿਖਣਾ ਹੁੰਦਾ ਸੋ ਸਟੂਡੈਂਟਸ ਮੈਂ ਤੁਹਾਡੇ ਨਾਲ ਨਾ ਸਰਫ ਐਕਸਲ ਮਾਰਕੀਟਿੰਗ ਮੈਨੇਜਮੈਂਟ ਅੰਡਰ ਇੱਕ ਪ੍ਰੋਡਕਟ ਲੈ ਕੇ ਤਿਆਰ ਕੀਤਾ ਹੈ ਪ੍ਰੋਡਕਟ ਤਾਂ ਬਹੁਤ ਸਾਰੇ ਨੇ ਇਸ ਢੰਗ ਦੇ ਨਾਲ ਤੁਸੀਂ ਕਿਸੇ ਵੀ ਪ੍ਰੋਡਕਟ ਦਾ ਇੱਕ ਵਧੀਆ ਜਾਂ ਇੰਪ੍ਰੈਸਿਵ ਜਿਹੜਾ ਪ੍ਰੋਜੈਕਟ ਤਿਆਰ ਕਰ ਸਕਦੇ ਹੋ bizness study ਦਾ ਆਈ ਥਿੰਕ ਦਾ ਕਨਸੈਪਟ ਇਜ਼ ਕਲੀਅਰ ਇੱਕ ਸਪੈਸਿਫਿਕ ਪ੍ਰੋਜੈਕਟ ਮੈਂ ਤੁਹਾਨੂੰ ਤਿਆਰ ਕਰਕੇ ਵੀ ਦਿਖਾਉਂਗਾ ਵੈਰੀ ਨੈਕਸਟ ਵੀਡੀਓ ਦੇ ਵਿੱਚ ਇਸ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਤੁਸੀਂ ਉਹਨਾਂ ਨੂੰ ਦੇਖੋ bizness study commerce ਨੇ ਨਾਲ ਰਿਲੇਟਡ ਡਿਫਰੈਂਟ ਸਬਜੈਕਟਸ ਦਾ ਨਾਲ ਰਿਲੇਟਡ ਇਸ ਤੋਂ ਇਲਾਵਾ ਅਕਾਊਂਟੈਂਸੀ ਬਹੁਤ ਸਾਰੀਆਂ ਵੀਡੀਓਜ਼ ਨੇ ਤੁਸੀਂ ਉਹਨਾਂ ਦਾ ਵੀ ਆਨੰਦ ਮਾਣੋ ਟਾਈਮ-ਟਾਈਮ ਦੇ ਉੱਤੇ ਤੇ ਆਪਣੇ ਟਾਈਮ ਨੂੰ ਯੂਜ਼ ਕਰਦੇ ਹੋਏ ਜਾਣਕਾਰੀ ਦੇ ਚੈਨਲ ਤੇ ਆਉਣ ਵਾਲੀਆਂ ਵੀਡੀਓਜ਼ ਦਾ ਵੀ ਇੰਤਜ਼ਾਰ ਕਰੋ ਥੈਂਕ ਯੂ ਵੈਰੀ ਮਚ